ਅਸਲਾਮ ਵਾਲੇਕੁਮ ਐਨਪੀਆਰ ਪ੍ਰੀਸੈਸਰਿਕਲ ਜੀ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਵੀਰ ਬਾਬਾ ਜੀ ਅਤੇ ਤੁਸੀਂ ਦੇਖ ਰਹੇ ਹੋ ਰੇਡੀਓ ਸਟੇਲਾ ਰੇਡੀਓ ਸਟੇਲਾ ਐਂਡ ਰੇਡੀਓ ਸਟੇਲਾ ਵੈਬ ਟੀਵੀ ਤੇ ਅਸੀਂ ਅੱਜ ਇੱਕ ਮੁੱਦੇ ਨੂੰ ਲੈ ਕੇ ਹਾਜ਼ਰ ਹੋਏ ਹਾਂ ਗੁਰਦੁਆਰਾ ਸ਼ਹੀਦਗੰਜ ਗੁਰਦੁਆਰਾ ਸ੍ਰੀ ਸ਼ਹੀਦਗੰਜ ਔਰ ਸ਼ਹੀਦੀ ਸਥਾਨ ਭਾਈ ਤਾਰੂ ਸਿੰਘ ਜੀ ਇਸ ਵੇਲੇ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਕਹਿ ਲਵੋ ਕਿ ਇੰਡੀਅਨ ਟੀਵੀ ਇੰਡੀਅਨ ਨਿਊਜ਼ ਇੰਡੀਅਨ ਵੈਬ ਟੀਵੀਜ਼ ਹਰ ਬੰਦਾ ਜਿਹੜਾ ਉਹ ਕਿਸ ਪਾਸੇ ਲੱਗਾ ਹੋਇਆ ਹੈ ਸਿਰਫ ਔਰ ਸਿਰਫ ਜਿਹੜਾ ਉਹ ਪਾਕਿਸਤਾਨ ਵੱਲ ਮੂੰਹ ਕਰਕੇ ਦੇਖੋ ਕੁਝ ਪੁਰਾਣੀਆਂ ਵੀਡੀਓ ਹੁੰਦੀਆਂ ਨੇ ਇਆਂ ਕੋਈ ਇੰਡੀਵਿਜੂਅਲ ਵੀਡੀਓ ਕਰਦਾ ਹੈ ਜਿਸ ਤਰ੍ਹਾਂ ਕਿ ਤੁਹਾਡੇ ਸਾਹਮਣੇ ਵੀਡੀਓ 2 ਦਿਨ ਪਹਿਲੇ ਆਈ ਹੈ ਜਿਹਦੇ ਵਿੱਚ ਇੱਕ ਮੋਲਵੀ ਨਮਾ ਇੱਕ ਆਦਮੀ ਨੇ ਉੱਥੇ ਬੈਠ ਕੇ ਕਿਹਾ ਕਿ ਵੀ ਇਸ ਜਗ੍ਹਾ ਦੇ ਨਾਲ ਸਿੱਖਾਂ ਦਾ ਕੀ تعلق ਕਿਆਂ ਇੱਥੇ ਮਸਜਿਦ ਬਣੇਗੀ ਯਾਦ ਰਵੇ ਜਿਨ੍ਹਾਂ ਲੋਕਾਂ ਨੂੰ ਹਿਸਟਰੀ ਨਹੀਂ ਪਤਾ ਥੋੜੀ ਜਿਹੀ ਨੀ ਪਹਿਲੇ ਹਿਸਟਰੀ ਫਰੋਲੋ ਔਰ ਉਹ ਲੋਕ ਜਿਨ੍ਹਾਂ ਨੂੰ ਸਿੱਖ ਹਿਸਟਰੀ ਦਾ ਤਾਂ ਬਿਲਕੁਲ ਨਹੀਂ ਪਤਾ ਉਹਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਮੈਂਸ਼ਨ ਕਰਾਂਗਾ ਮਨਜਿੰਦਰ ਸਿੰਘ ਸਿਰਸਾ ਨੂੰ ਠੀਕ ਹੈ ਜੀ ਸਿਰਸਾ ਜੀ ਪਹਿਲੇ ਸਿੱਖ ਇਤਿਹਾਸ ਪੜੋ ਤੁਹਾਨੂੰ ਇਤਿਹਾਸ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਹੈ ਪਹਿਲੇ ਤੁਸੀਂ ਪੁੱਠੇ ਸਿੱਧੇ ਪੰਗੇ ਲੈ ਦਰਬਾਰ ਸਾਹਿਬ ਕਰਤਾਰਪੁਰ ਦੇ ਬਾਰੇ ਵਿੱਚ ਮੈਂ ਤੁਹਾਨੂੰ ਉਸ ਵੇਲੇ ਜਵਾਬ ਦਿੱਤਾ ਸੀ ਬੜਾ ਸੋਹਣਾ ਕਰਕੇ ਤੁਹਾਨੂੰ ਜਵਾਬ ਦਿੱਤਾ ਸੀ ਮੇਰਾ ਖਿਆਲ ਹੈ ਕਿ ਤੁਹਾਨੂੰ ਸਮਝ ਨਹੀਂ ਗਈ ਉਸ ਤੋਂ ਬਾਅਦ ਫਿਰ ਤੁਸੀਂ ਬੋਲੇ ਫਿਰ ਮੈਂ ਤੁਹਾਨੂੰ ਜਵਾਬ ਦਿੱਤਾ ਮੈਂ ਇੱਕ ਆਮ ਸ਼ੈਰੀਆ ਨਾ ਮੈਂ ਕੋਈ ਪੱਤਰਕਾਰ ਹਾਂ ਨਾ ਮੈਂ ਕੋਈ ਗਵਰਨਮੈਂਟ ਦਾ ਮੁਲਾਜ਼ਮ ਹਾਂ ਨਾ ਮੈਂ ਕਿਸੇ ਸਿਕਿਉਰਿਟੀ ਜੀਡੀ ਡਿਪਾਰਟਮੈਂਟ ਦੇ ਉਹਨਾਂ ਦਾ ਕੋਈ ਬੰਦਾ ਮਨਮਾਇੰਦਾ ਮੈਂ ਇੱਕ ਆਜ਼ਾਦ ਪਾਕਿਸਤਾਨੀ ਹਾਂ ਮੈਂ ਇੱਕ ਆਜ਼ਾਦ ਪੰਜਾਬੀ ਹਾਂ ਔਰ ਮੈਂ ਮੇਰੀ ਜਿਹੜੀ ਰਿਸਰਚ ਹੈ ਉਹ ਤਮਾਮ ਦੀ ਤਮਾਮ ਖਾਲਸਾ ਪੰਥ ਦੀ ਰਿਮੇਨਸ ਇਨ ਪਾਕਿਸਤਾਨ ਦੇ ਵਿੱਚ ਹੈ ਪਿਛਲੇ ਦਸਾਂ ਸਾਲਾਂ ਤੋਂ ਮੈਂ अनेका ਗੁਰਦੁਆਰੇ अनेका ਧਰਮਸ਼ਾਲ ਮੰਦਰ ਔਰ ਬਹੁਤ ਜ਼ਿਆਦਾ ਸਾਰੀਆਂ ਇਸੀਆਂ ਚੀਜ਼ਾਂ ਨੇ ਸਿੱਖ ਹਵੇਲੀਆਂ ਨੇ ਬਾਰਾਂਦਰੀਆਂ ਨੇ ਜਿਹੜੀਆਂ ਕਿ ਮੈਂ ਐਕਸਪਲੋਰ ਕੀਤੀਆਂ ਜਿਨ੍ਹਾਂ ਦਾ ਤੁਸੀਂ ਖਾਲੀ ਸ਼ਾਇਦ ਕਿਤਾਬਾਂ 'ਚ ਪੜਿਆ ਹੋਵੇਗਾ ਮੈਂ ਉਹਨਾਂ ਦੀ ਇੱਕ ਇੱਕ ਨੀ ਪੱਥਰ ਇੱਟ ਔਰ ਉਹਨਾਂ ਦੇ ਵਿੱਚ ਕਿਹੜਾ ਮਸਾਲਾ ਲੱਗਾ ਮੈਂ ਉਹਦੇ ਬਾਰੇ ਵਿੱਚ ਵੀ ਜਾਣਦਾ ਹਾਂ ਠੀਕ ਹੈ ਰਈ ਗੱਲ ਸ਼ਹੀਦ ਭਾਈ ਤਾਰੂ ਸਿੰਘ ਦੀ ਸਮਾਦ ਦੀ ਤੇ ਉਹ ਜਦੋਂ ਦੇ ਸ਼ਹੀਦ ਹੋਏ ਨੇ ਔਰ ਜਦੋਂ ਦੀ ਉਹ ਯਾਦਗਾਰ ਖਾਲਸਾ ਰਾਜ ਦੇ ਦੌਰ ਦੀ ਬਣੀ ਹੈ ਅੱਜ ਤੱਕ ਉਹਨੂੰ ਕਿਸੇ ਨੇ ਨਹੀਂ ਛੇੜਿਆ ਨਾ ਹੀ ਕਿਸੇ ਮੁਸਲਮ ਨੇ ਉਹਤੇ ਤੇ ਜਾ ਕੇ ਕੋਈ ਜ਼ਰਬਕਾਰੀ ਕੀਤੀ ਹੈ ਜਾਂ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਨਾ ਹੀ ਗਵਰਨਮੈਂਟ ਆਫ ਪਾਕਿਸਤਾਨ ਕਦੀ ਵੀ ਹੈ ਹੋਂਦ ਦੇਗੀ ਔਰ ਨਾ ਕਦੀ ਇਸ ਤਰ੍ਹਾਂ ਹੋ ਸਕਦਾ ਹੈ ਅਗਰ ਕਿਸੇ ਨੂੰ ਇਹ ਲੱਗਦਾ ਹੈ ਤੇ ਉਹ ਮੇਰਾ ਖਿਆਲ ਹੈ ਕਿ ਉਹ ਜਿਹਨੂੰ ਕਹਿੰਦੇ ਨੇ ਨਾ ਪਾਗਲਾਂ ਦੀ ਜੰਨਤ ਵਿੱਚ ਉਪ ਪਗਲਾਂ ਦੀ ਜੰਨਤ ਦੇ ਵਿੱਚ ਰਹਿੰਦਾ ਹੈ ਇਹ ਕਨਫਲਿਕਟ ਜਿਹੜਾ ਹੈ ਉਹ ਸ਼ੁਰੂ ਹੋਇਆ ਹੋਇਆ ਹੈ ਕਦੋਂ ਤੋਂ 1900 ਤੋਂ ਸਨ 1900 ਤੋਂ ਜ਼ਿਆਦਾ ਪਪੂਲਰ ਹੋਇਆ ਫਿਰ ਉਸ ਤੋਂ ਬਾਅਦ 1910 ਦੇ ਵਿੱਚ ਇਹਦੇ ਤੇ ਪਹਿਲਾ ਕੇਸ ਬਣਿਆ ਫਿਰ 1925 ਦੇ ਵਿੱਚ ਫਿਰ 1932 ਦੇ ਵਿੱਚ ਫਿਰ 1935 ਦੇ ਵਿੱਚ 1935 ਦੇ ਵਿੱਚ ਸਭ ਤੋਂ ਹਾਈਲਾਈਟਡ ਜਿਹੜਾ ਇਸ਼ੂ ਸੀ ਸਬ ਕੌਂਟੀਨੈਂਟ ਦਾ ਔਰ ਖਾਸ ਕਰਕੇ ਲਾਹੌਰ ਦਾ ਔਰ ਨਲਖਾ ਬਾਜ਼ਾਰ ਦਾ ਜਿੱਥੇ ਇਹ ਜਗ੍ਹਾ ਮੌਜੂਦ ਹੈ ਅੱਜ ਵੀ ਮੌਜੂਦ ਹੈ ਠੀਕ ਹੈ ਜੀ ਮੈਂ ਥੋੜੀ ਜਿਨੀ ਫੇਰ ਤੁਹਾਨੂੰ ਰਿਪੀਟ ਕਰਦਾ ਚੱਲਾਂ ਕਿ ਲੋਕੇਸ਼ਨ ਕਿੱਥੇ ਵੀ ਰੇਲਵੇ ਸਟੇਸ਼ਨ ਤੋਂ ਹਾਰਡੀ ਪੰਜ ਮਿੰਟ ਦੀ ਡਰਾਈਵ ਐਪ ਵੈਸਟ ਸਾਈਡ ਦੇ ਉੱਤੇ ਪੈਦਲ ਵਾਕ ਕਹ ਲੋ ਤੁਸੀਂ ਡਰਾਈਵ ਕਹ ਲੋ 1 ਮਿੰਟ ਦੀ ਹੈ ਔਰ ਅਗਰ ਪੈਦਲ ਵਾਕ ਕਹੋ ਤੇ 5 ਮਿੰਟ ਦੀ ਵਾਕ ਹੈ ਟੋਟਲ ਠੀਕ ਹੈ ਜੀ ਔਰ ਅਗਰ ਤੁਸੀਂ ਦਿੱਲੀ ਦਰਵਾਜ਼ੇ ਤੋਂ ਅੰਦਰੂਨ ਸ਼ਹਿਰ ਤੋਂ ਆਉਂਦੇ ਹੋ ਤੇ ਤੁਹਾਨੂੰ ਟੋਟਲ 7 ਤੋਂ 8 ਮਿੰਟ ਲੱਗਦੇ ਨੇ ਯਾਨੀ ਕਿ ਰੇਲਵੇ ਸਟੇਸ਼ਨ ਔਰ ਉਹਦੇ ਵਿਚਕਾਰ ਥੋੜਾ ਜਿਨਾ ਫਾਸਲਾ ਹੈ ਦੋਵਾਂ ਪਾਸੋਂ ਨਾਲ ਹੀ ਸਰਾਈ ਮੂਲचंद ਹੈ ਨਾਲ ਹੀ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਜਿੱਥੇ ਛੋਟਾ ਕੱਲੂ ਘਾਰਾ ਵਰਤਿਆ ਉਸ ਜਗ੍ਹਾ ਦੇ ਉੱਤੇ ਉਹ ਰਹਿ ਸਾਰਾ ਇੱਕ ਹੀ ਕੰਪਲੈਕਸ ਸੀ ਜਿੰਨਾ ਲੋਕਾਂ ਨੂੰ ਇਹ ਨਹੀਂ ਪਤਾ ਪਹਿਲੇ ਤੇ ਉਹ ਇਹ ਸਮਝਣ ਕਿ ਸ਼ਹੀਦ ਸਿੰਘ ਸਿੰਘਣੀਆਂ ਔਰ ਭਾਈ ਤਾਰੂ ਸਿੰਘ ਜੀ ਦੀ ਸਮਾਦ ਜਿਹੜੀ ਹੈ ਸਾਰਾ ਇੱਕ ਕੰਪਲੈਕਸ ਸੀ ਇਹ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਦੋਂ ਉਹਨਾਂ ਨੇ ਬਾਜ਼ਾਰ ਰਸਤੇ ਸਾਰਾ ਕੁਝ ਕਲੀਅਰ ਕੀਤੇ ਨੇ ਤੇ ਗੋਰੇ ਨੇ ਜਿਸ ਵਕਤ ਰੇਲਵੇ ਸਟੇਸ਼ਨ ਬਣਾਇਆ ਤੇ ਉਸ ਵੇਲੇ ਇਹਨਾਂ ਨੇ ਬਿਲਕੁਲ ਨਕਦੀ ਸੀਦ ਦੇ ਵਿੱਚ ਦਿੱਲੀ ਦਰਵਾਜ਼ੇ ਨੂੰ ਯਾਨੀ ਕਿ ਵੋਲਟ ਸਿਟੀ ਲਾਹੌਰ ਤੋਂ ਬਿਲਕੁਲ ਨਕਦੀ ਸੀਦ ਦੇ ਵਿੱਚ ਰੇਲਵੇ ਸਟੇਸ਼ਨ ਦਾ ਜਿਹੜਾ ਸੀ ਉਹ ਦਰਵਾਜ਼ਾ ਜਿਹੜਾ ਸੀ ਉਹਦੇ ਬਿਲਕੁਲ ਸਾਹਮਣੇ ਕੀਤਾ ਔਰ ਰਸਤੇ ਦੀਆਂ तमाम ਰੁਕਾਵਟਾਂ ਖਤਮ ਕਰ ਦਿੱਤੀਆਂ ਇਸ ਤਰ੍ਹਾਂ ਜਿਹੜਾ ਉਹ ਸਥਾਨ ਹੈ ਭਾਈ ਤਾਰੂ ਸਿੰਘ ਵਾਲਾ ਉਕਤ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਵਾਲੇ ਪਾਰਟ ਤੋਂ ਅਲੱਗ ਹੋ ਗਿਆ ਯਾਨੀ ਕਿ ਉਹਦੇ ਦਰਮਿਆਨ ਦੇ ਵਿੱਚ 20 ਤੋਂ 30 ਫੁੱਟ ਚੌੜੀ ਜਿਹੜੀ ਹੈ ਸੜਕ ਉਹ ਬਣ ਗਈ ਲੇਕਿਨ ਇਤਿਹਾਸ ਦੇ ਵਿੱਚ ਉਹਦਾ ਕੋਈ ਜ਼ਿਕਰ ਨਹੀਂ ਹੈ ਇਸ ਵਾਸਤੇ ਕਿ ਮੈਂ ਲਾਹੌਰ ਨਿਵਾਸੀ ਆ ਮੈਂ ਲਾਹੌਰ ਚ ਜੰਮਿਆ ਲਾਹੌਰ ਚ ਪੜਿਆ ਔਰ ਉੱਥੋਂ ਹੀ ਇਸ ਗੁਰਦੁਆਰਾ ਸਾਹਿਬ ਤੋਂ ਘੱਟੋ ਘੱਟ 15 ਮਿੰਟ ਦੇ ਫਾਸਲੇ ਦੇ ਉੱਤੇ ਹੀ ਇਸਲਾਮਿਆ ਕਾਲਜ ਰੇਲਵੇ ਰੋਡ ਹੈ ਜਿੱਥੋਂ ਕਿ ਮੇਰੀ ਇੰਟਰਮੀਡੀਏਟ ਹੈ ਠੀਕ ਹੈ ਜੀ ਔਰ ਉਸ ਤੋਂ ਬਾਅਦ ਮੇਰੇ ਘਰ ਤੋਂ ਇਸ ਜਗ੍ਹਾ ਦਾ ਰਸਤਾ ਟੋਟਲ 20 ਮਿੰਟ ਦਾ لیکن ਜਿਹੜੇ ਦੂਰ ਬੈਠੇ ਲੋਕ ਨੇ ਉਹਨਾਂ ਨੂੰ ਸ਼ਾਇਦ ਇੰਨਾ ਚੀਜ਼ਾਂ ਦਾ ਨਹੀਂ ਪਤਾ ਔਰ ਉਹ ਬਹੁਤ ਜਿਸ ਤਰ੍ਹਾਂ ਕਿ ਪਹਿਲੇ ਹੁੰਦਾ ਹੈ ਪਹਿਲੇ ਮੈਂ ਨਾਨਕ ਮਹਿਲ ਦੇ متعلق ਕਲੈਰੀਫਿਕੇਸ਼ਨ ਦਿੱਤੀ ਤੇ ਉਸ ਵੇਲੇ ਸਾਰੇ ਲੋਕ ਐ ਕਹਿੰਦੇ ਸੀ ਕਿ ਠੀਕ ਹੋ ਗਿਆ ਜੀ ਠੀਕ ਹੋ ਗਿਆ ਲੇਕਿਨ ਬਾਅਦ ਦੇ ਵਿੱਚ ਕਿਸੇ ਨੇ ਵੀ ਗੋਦੀ ਮੀਡੀਆ ਨੂੰ ਕੱਖ ਨਹੀਂ ਕਿਹਾ ਕਿਸੇ ਨੇ ਵੀ ਉਹ ਵੈਬ ਚੈਨਲਸ ਨੂੰ ਕੁਝ ਵੀ ਨਹੀਂ ਕਿਹਾ ਜਦੋਂ ਇਹ ਸਾਰਾ ਕੁਝ ਸਾਹਮਣੇ ਆ ਗਿਆ ਤੇ ਸੋ ਅਗਰ ਤੁਹਾਨੂੰ ਬਹੁਤ ਸ਼ੌਕ ਹੈ ਡਿਬੇਟ ਕਰਨ ਦਾ ਤੇ ਪਹਿਲੇ ਤੇ ਮੈਂ ਮਨਜਿੰਦਰ ਸਿੰਘ ਸਿਰਸਾ ਜੀ ਨੂੰ ਮੈਂ ਦਾਵਤ ਦਿਨਾ ਵਾ ਮੇਰੇ 20 ਸ਼ਾਗਿਰਦ ਨੇ ਮੇਰੇ ਤੋਂ ਜੂਨੀਅਰ ਨੇ ਮੈਂ ਉਹਨਾਂ ਦੇ ਮੈਂ ਨਾਮ ਲੈਣਾ ਵਾ ਉਹਨਾਂ ਦੇ ਵਿੱਚੋਂ ਕਿਸੇ ਇੱਕ ਨਾਲ ਬੈਠ ਕੇ ਮਵਾਜ਼ਨਾ ਕਰ ਲੈਣ ਠੀਕ ਹੈ ਜੀ ਮੇਰੇ 20 ਜਿਹੜੇ ਜੂਨੀਅਰ ਹਿਸਟੋਰੀਅਨ ਨੇ ਜਿਨ੍ਹਾਂ ਦੇ ਨਾਲ ਮੈਂ ਜਾਂ ਮੇਰੇ ਨਾਲ ਮਿਲ ਕੇ ਮੈਂ ਉਹਨਾਂ ਦਾ ਪ੍ਰੈਜ਼ੀਡੈਂਟ ਆ ਉਹ ਮੇਰੇ ਸਾਰੇ ਸਬੋਡੀਨੇਟ ਨੇ ਜਾਂ ਕਹਿ ਲਵੋ ਤੁਸੀਂ ਕਿ ਸਾਡੇ ਜੂਨੀਅਰ ਮੈਂਬਰ ਨੇ ਉਹ ਤੁਹਾਡੇ ਨਾਲ ਮੁਲਾਜ਼ਾ ਕਰਨਗੇ ਮੈਂ ਤੇ ਬਾਅਦ ਦੀ ਗੱਲ ਕਰਨਾ ਵਾ ਤੁਸੀਂ ਉਹਨਾਂ ਦੇ ਨਾਲ ਕਰੋ ਉਹ 8 ਸਾਲ ਤੋਂ 10 ਸਾਲ ਤੋਂ ਵੀ ਸਿੱਖ ਹਿਸਟਰੀ ਤੇ ਕੰਮ ਕਰ ਰਹੇ ਨੇ ਤੁਹਾਨੂੰ ਇੰਨਾ ਕੁਝ ਨਹੀਂ ਪਤਾ ਹੈਗਾ ਜਿੰਨਾ ਕਿ ਉਹਨਾਂ ਬੱਚਿਆਂ ਨੂੰ ਕੱਲ ਦੇ ਬੱਚਿਆਂ ਨੂੰ ਪਤਾ ਹੈ ਸੋ ਜਿਹੜਾ ਰਹੀ ਗੱਲ ਹੈ ਕਿ ਡਿਮੋਲਿਸ਼ ਕਰਨ ਦੀ ਜਾਂ ਉੱਥੇ ਮਸਜਿਦ ਬਣਾਉਣ ਦੀ ਅਗਰ ਮਸਜਿਦ ਬਣਾਣੀ ਹੁੰਦੀ ਤਾਂ ਸੰਨ 47 ਦੇ ਵਿੱਚ ਹੀ ਮਸਜਿਦ ਬਣ ਜਾਂਦੀ 48 ਚ ਮਸਜਿਦ ਬਣ ਜਾਂਦੀ ਠੀਕ ਹੈ ਪਾਕਿਸਤਾਨ ਗਵਰਨਮੈਂਟ ਨੇ ਹਮੇਸ਼ਾ ਸਿੱਖਾਂ ਵਾਸਤੇ ਸਪੈਸ਼ਲ ਪ੍ਰੋਟੋਕੋਲ ਰੱਖਿਆ ਹੈ ਤਮਾਮ ਦੁਨੀਆ ਜਾਣਦੀ ਹੈ ਜਦੋਂ ਦੀ ਇਹ ਗੱਲ ਚੱਲੀ ਹੈ ਜਦੋਂ ਦੀ ਇਹ ਬਾਤ ਹੋਈ ਹੈ ਔਰ ਉਸ ਤੋਂ ਬਾਅਦ ਪਾਕਿਸਤਾਨ ਕਦੀ ਵੀ ਇਸ ਗੱਲ ਤੋਂ ਪਿੱਛੇ ਨਹੀਂ ਹਟਿਆ ਔਰ ਕਦੀ ਵੀ ਨਹੀਂ ਹਟੇਗਾ 26 ਤਰੀਕ ਨੂੰ ETBP ਬੋਰਡ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਜਿਹਦੇ ਵਿੱਚ ਸਖਤੀ ਦੇ ਨਾਲ ਇੱਕ ਇੰਡੀਵਿਜੂਅਲ ਬੰਦੇ ਦੀ ਪੁਰਾਣੀ ਵੀਡੀਓ ਨੂੰ ਚੁੱਕ ਕੇ ਦੁਬਾਰਾ ਤੋਂ ਵਾਇਰਲ ਕਰਨ ਦਾ ਮਕਸਦ ਸਿਰਫ ਇਹੀ ਹੈ ਕਿ ਸਿੱਖ ਮੁਸਲਿਮ ਫਰੈਂਡਸ਼ਿਪ ਜਿਹੜੀ ਮਿਸ਼ਨ ਹੈ ਉਸ ਭਾਵਨਾਵਾਂ ਨੂੰ ਛੇੜ ਕੇ ਲੋਕਾਂ ਨੂੰ ਉਹਦੇ ਤੇ ਪੜਕਾਵਾ ਦੇਣਾ ਉਦੇ ਤੇ ਲੋਕਾਂ ਦੀ ਨਜ਼ਰ ਹਟਾਉਣਾ ਯਾਨੀ ਕਿ ਜਿਸ ਤਰ੍ਹਾਂ ਕਿ ਅੱਜਕੱਲ ਮੁੱਦਾ ਚੱਲ ਰਿਹਾ ਹੈ ਮੈਂ ਸਿਆਸਤ ਚਿਤ ਨਹੀਂ ਪੈਂਦਾ ਲੇਕਿਨ ਗੱਲ ਕਰਨੀ ਪਏਗੀ ਇੱਥੇ ਇਸ ਵੇਲੇ ਮੁੱਦਾ ਚੱਲ ਰਿਹਾ ਜਦੋਂ ਇੰਡੀਆ ਵਰ ਚਾਈਨਾ ਦਾ ਨੇਪਾਲ ਔਰ ਇੰਡੀਆ ਦਾ ਤੇ ਉਹ ਸਾਰੀ ਤਰ ਤਵੱਜੋ ਜਿਹੜੀ ਹੈ ਉਸ ਤੋਂ ਮੀਡੀਆ ਦੀ ਖਤਮ ਕਰਕੇ ਤੇ ਇੱਕ ਵਲ ਇੱਕ ਵਾਰੀ ਫੇਰ ਜਿਹੜੀ ਹੈ ਉਹ ਪਾਕਿਸਤਾਨ ਵੱਲ ਘੁਮਾ ਦਿੱਤੀ ਗਈ ਹੈ ਯਾਨੀ ਕਿ ਨਿਊਜ਼ ਕੋਈ ਲੱਭਣੀ ਚਾਹੀਦੀ ਹੈ ਡਾਇਵਰਟ ਕਰਨ ਵਾਸਤੇ ਠੀਕ ਹੈ ਜੀ ਨਜ਼ਰ ਡਾਇਵਰਟ ਕਰਨ ਵਾਸਤੇ ਜਦੋਂ ਕashmir ਦਾ ਕੌਨਫਲਿਕਟ ਹੋਇਆ ਤਾਂ ਉਸ ਵੇਲੇ ਇਹਨਾਂ ਨੇ ਨਜ਼ਰ ਡਾਇਵਰਟ ਕੀਤੀ ਕਹਦੇ تھے ਦਿੱਲੀ ਵਾਲੇ ਮਾਮਲੇ ਦੇ ਉੱਤੇ ਠੀਕ ਹੈ ਜੀ ਦਿੱਲੀ ਵਾਲੇ ਮਾਮਲੇ ਨੂੰ ਖਤਮ ਕਰਨਾ ਸੀ ਤੇ ਇਹਨਾਂ ਨੇ ਉੱਥੇ ਰੌਇਟਸ ਕਰਵਾ ਦਿੱਤੇ ਉਸ ਤੋਂ ਬਾਅਦ ਕੀ ਹੋਇਆ ਜੀ ਲਾਕਡਾਊਨ ਆ ਗਿਆ ਲਾਕਡਾਊਨ ਤੋਂ ਬਾਅਦ ਕੀ ਆ ਗਿਆ ਜੀ ਤਕਰੀਰਾਂ ਆ ਗਈਆਂ ਸੋ ਇੱਕ ਪ੍ਰੀਪਲਾਨ ਅਸੀਂ ਸਾਰਾ ਕੁਝ ਦੇਖਦੇ ਆ ਇਹਦਾ ਮਤਲਬ ਹੈ ਕਿ ਪੋਲਿਟਿਕਸ ਨਹੀਂ ਜੁਆਇਨ ਕੀਤੀ ਹੋਈ ਜਾਂ ਪੋਲਿਟਿਕਸ ਨੂੰ ਨਹੀਂ ਸਮਝਦੇ ਤੇ ਜਾਂ ਕੀ ਕਹਿੰਦੇ ਨੇ ਉਹਦੇ ਤੇ ਗੱਲ ਨਹੀਂ ਕਰਦੇ ਤੇ ਲੋਕ ਆ ਸਮਝਦੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਹ ਜਾਣਦੇ ਕੁਝ ਨਹੀਂ ਹੈਗੇ ਲੇਕਿਨ ਜਿਹੜਾ ਬੰਦਾ ਰੋਟੀ ਖਾਂਦਾ ਹੈ ਨਾ ਕਣਕ ਦੀ ਉਹਨੂੰ ਸਾਰੀ ਸਾਰੇ ਕੰਮਾਂ ਦਾ ਪਤਾ ਹੈ ਉਹ ਦੁਨੀਆ ਤੇ ਆਇਆ ਹੋਇਆ ਮੈਂ ਵੀ ਪੋਸਟ ਗ੍ਰੈਜੂਏਟ ਹਾਂ ਹਿਸਟਰੀ ਦੇ ਵਿੱਚ ਠੀਕ ਹੈ ਜੀ ਔਰ ਅਲhamdulillah ਰੱਬ ਦੀ ਮਿਹਰ ਨਾਲ ਖਾਲਸਾ ਪੰਥ ਮੈਨੂੰ ਬਹੁਤ ਅੱਛੇ ਤਰੀਕੇ ਨਾਲ ਜਾਣਦਾ ਔਰ ਮੈਂ ਚਾਨਣੀ ਚੋ ਛਾਣ ਕੇ ਫੇਰ ਹਿਸਟਰੀ ਸਾਹਮਣੇ ਲੈ ਕੇ ਆਉਣਾ ਵਾ ਮਨਜਿੰਦਰ ਸਿੰਘ ਸਿਰਸਾ ਜੀ ਨੇ ਬੜੇ ਇੱਕ ਪੜਕਾਵਾਂ ਲੈਟਰ ਜਿਹੜਾ ਉਹ ਪਾਰਲੀਮੈਂਟ ਨੂੰ ਲਿਖਿਆ ਪਾਰਲੀਮੈਂਟਰੀਅਨਸ ਨੂੰ ਲਿਖਿਆ ਠੀਕ ਹੈ ਜੀ ਪਾਰਲੀਮੈਂਟਰੀਅਨਸ ਨੂੰ ਲਿਖਿਆ ਕਿ ਵੀ ਤੁਸੀਂ ਪਾਕਿਸਤਾਨ ਨੂੰ ਐ ਕਹੋ ਪਾਕਿਸਤਾਨ ਨੂੰ ਕਹੋ ਮੈਂ ਫਿਰ ਜੇ ਅਗਰ ਮੈਂ ਫਿਰ ਕੋਈ ਗੱਲ ਉਹੀ ਹੈ ਕਿ ਜਦੋਂ ਕੋਈ ਗਲਤ ਬੋਲਦਾ ਹੈ ਗਲਤ ਕਰਦਾ ਹੈ ਉਹਨੂੰ ਫਿਰ ਜਵਾਬ ਵੀ ਦੇਣਾ ਪੈਂਦਾ ਹੈ ਨਾਲ। ਔਰ ਕਾਫੀ ਦਿਨਾਂ ਤੋਂ ਮੈਂ ਤੁਹਾਨੂੰ ਆਪਣਾ ਇਨਬਾਕਸ ਚੈੱਕ ਕਰਵਾ ਸਕਦਾ ਮੈਨੂੰ ਕਿੰਨੇ ਲੋਕ ਲਿਖ ਚੁੱਕੇ ਨੇ ਕਿ ਬਾਬਾ ਜੀ ਆ ਕੀ ਕਰਨਾ ਹੈ ਇਹ ਸੱਚ ਆ ਆ ਗਲਤ ਆ ਅਝੂਟ ਆ ਠੀਕ ਹੈ ਕਿ ਨਹੀਂ ਇਹ ਫਿਰ ਆਪਣੇ ਪੇਜ ਦੀ ਟੀਆਰਪੀ ਵਿਧਾਉਣ ਲਈ ਪਾਕਿਸਤਾਨ ਦਾ ਨਾਮ ਲੈ ਲੈ ਕੇ ਲੈ ਲੈ ਕੇ ਗੱਲਾਂ ਕਰਦੇ ਨੇ ਸਿਰਫ ਇਹ ਦੋ ਤਿੰਨ ਗੱਲਾਂ ਦਾ ਜਵਾਬ ਦੇ ਦੇਣ ਗੁਰਦੁਆਰਾ ਪਹਿਲੀ ਪਾਸ਼ਾਹੀ ਮੰਗੂ ਮੱਠ ਉਹਦੀ ਮੰਗ ਕਿਉਂ ਨਹੀਂ ਸਿਰਸਾ ਕਰਦਾ ਕਿਉਂ ਡਰ ਲੱਗਦਾ ਫਿਰ ਉਸ ਤੋਂ ਬਾਅਦ 84 ਦੇ ਸ਼ਹੀਦ 87 ਦੇ ਸ਼ਹੀਦ 30000 ਸਿੱਖ ਭੈਣ ਭਰਾ ਜਿਹੜੇ ਸ਼ਹੀਦ ਹੋਏ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਤੇ ਉਹ ਪਾਕ ਅਸਥਾਨ ਜਿਹੜਾ ਸੀ ਜਿਹਦੀ ਨੀਂਹ حضرت मियां मीर ਨੇ ਰੱਖੀ ਸੀ ਜਿਹਦਾ ਨਾਮ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਠੀਕ ਹੈ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਹੜੇ ਨਜਾਇਜ਼ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਔਰ ਉੱਥੇ ਦੇ ਸਰੋਵਰ ਨੂੰ ਜਿਹੜਾ ਖੂਨ ਦੇ ਵਿੱਚ ਰੰਗ ਦਿੱਤਾ ਗਿਆ ਕਿ ਆ ਕਦੀ ਮਨਜਿੰਦਰ ਸਿੰਘ ਸਿਰਸਾ ਜੀ ਨੇ ਉਹਨਾਂ ਵਾਸਤੇ ਵੀ ਮੰਗ ਕੀਤੀ ਹੈ ਇਨਸਾਫ ਦੀ ਕਿ ਆ ਕਦੀ ਉਹਨਾਂ ਦੇ ਬਾਰੇ ਵਿੱਚ ਵੀ ਕਦੀ ਕਿਹਾ ਹੈ ਕਿ ਇਹਨਾਂ ਨੂੰ ਦਿੱਲੀ ਸਰਕਾਰ ਜਿਹੜੀ ਹੈ ਇਹਨਾਂ ਨੂੰ ਇਨਸਾਫ ਦੇਵੇ ਕਿ ਆ ਕਦੀ ਗੁਜਰਾਤ ਦੇ ਰਾਈਟਸ ਜਿਹੜੇ ਹੋਏ ਨੇ ਜਿਹੜੇ ਮੁਸਲਮਾਨ ਸ਼ਹੀਦ ਹੋਏ ਨੇ ਉਹਨਾਂ ਵਾਸਤੇ ਕਦੀ ਮੰਗ ਕੀਤੀ ਹੈ ਇਹਨਾਂ ਨੇ ਇਹ ਗੱਲਾਂ ਗੌਰ ਨਾਲ ਸੁਣੋ ਫਿਰ ਮੈਂ ਤੁਹਾਨੂੰ ਪੂਰੀ ਗੱਲ ਦਾ ਜਵਾਬ ਦਾਂਗਾ ਇਹ ਪੋਲਿਟਿਕਸ ਨਹੀਂ ਹੈ ਲੇਕਿਨ ਇਹ ਆਨਸਰ ਜ਼ਰੂਰ ਹੈ ਉਸ ਤੋਂ ਬਾਅਦ ਕੁਝ ਸਾਲ ਪਹਿਲੇ ਈਸਟ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਹੈ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਸ ਬਾਰੇ ਤੇ ਇਹਨਾਂ ਨੇ ਕਦੀ ਡਿਮਾਂਡ ਨਹੀਂ ਕੀਤੀ ਕਿ ਉਹ ਉਹਨਾਂ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਕਿ ਜਿਹੜੀ ਇੱਕ ਪਾਕ ਕਿਤਾਬ ਹੈ ਉਹਦੇ ਜਿਹੜੇ ਅੰਗ ਹੈ ਉਹਨੂੰ ਸ਼ਹੀਦ ਕੀਤਾ ਗਿਆ ਤੇ ਉਹਨਾਂ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਠੀਕ ਹੈ ਕਿ ਨਹੀਂ ਸਿਰਫ ਆਪਣੀ ਟੀਆਰਪੀ ਨੂੰ ਉੱਤੇ ਕਰਨ ਵਾਸਤੇ ਆਪਣੀ ਪਬਲਿਕ ਪਬਲਿਸਿਟੀ ਨੂੰ ਉੱਤੇ ਵਿਧਾਉਣ ਵਾਸਤੇ ਜਿਸ ਪਾਸੇ ਕੁਝ ਨਹੀਂ ਮਿਲਦਾ ਉਸ ਪਾਸੇ ਗੱਲ ਕਰੋ ਇੰਜ ਹੀ ਹੈ ਨਾ ਕਿ ਜਦੋਂ ਤੁਸੀਂ ਤੁਹਾਨੂੰ ਕੱਖ ਨਹੀਂ ਮਿਲਦਾ ਤੇ ਤੁਸੀਂ ਪਾਕਿਸਤਾਨ ਵਾਲੇ ਪਾਸੇ ਜੇ ਤਤੀ ਹਵਾ ਆਵੇ ਤਾਂ ਪਾਕਿਸਤਾਨ ਵੱਲੋਂ ਹਵਾ ਆ ਰਹੀ ਹੈ ਪਾਕਿਸਤਾਨ ਨੇ ਜਨਾਬ ਬੇਲੀ ਭੇਜੀ ਹੈ ਤਤੀ ਹਵਾ ਜੇ ਕਦੀ ਕੋਈ ਕਬੂਤਰ ਉੱਡ ਕੇ ਗਲਤੀ ਨਾਲ ਚੱਲ ਗਿਆ ਪੱਖੂ ਪੰਛੀ ਚੱਲ ਜੇ ਤੇ ਉਹ ਇਹ ਆ ਉਹ ਜਸੂਸ ਹੈ ਇਹ ਤੇ ਇਹਦੇ ਤੇ ਮੋਰ ਵੀ ਲੱਗੀ ਹੋਈ ਹੈ ਨੰਬਰ ਵੀ ਲਿਖਿਆ ਹੋਇਆ ਕੋਡ ਵੀ ਲੱਗਾ ਹੋਇਆ ਯਾਰ ਅਖੀਰ ਹੁੰਦੀ ਹੈ ਝੂਠ ਦੀ ਹੱਦ ਹੁੰਦੀ ਹੈ ਭੋਲੀ ਜਨਤਾ ਪੰਜਾਬੀ ਸੰਗਤ ਜਿਹੜੀ ਹੈ ਭੋਲੇ ਲੋਕ ਨੇ ਉਹ ਨਿਊਜ਼ ਚੈਨਲਸ ਦੇਖ-ਦੇਖ ਕੇ ਤੇ ਉਹਨਾਂ ਦੇ ਉੱਤੇ ਗੱਲਾਂ ਦਿੱਤੇ ਉਮਲ ਕਰਨ ਲੱਗ ਪੈਂਦੇ ਨੇ ਔਰ ਉਹ ਫਿਰ ਮੈਸੇਜ ਕਰਦੇ ਨੇ ਕਿ ਤੁਸੀਂ ਇਸ ਚੀਜ਼ ਦਾ ਨਤਾਰਾ ਕਰੋ ਨਤਾਰਾ ਇਹੀ ਹੈ ਕਿ ਇਸ ਗੱਲ ਦੇ ਪਿੱਛੇ ਕੱਖ ਵੀ ਨਹੀਂ ਹੈ ਮਸਜਿਦ ਉੱਥੇ 1700 ਦੇ ਵਿੱਚ ਸੀ ਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਜਿਹੜੀ ਹੈ ਉਸ ਤੋਂ ਕਾਫੀ ਬਾਅਦ ਦੀ ਹੈ ਤੁਸੀਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਔਰ ਉੱਥੇ ਜਿਹੜੀ ਮਸਜਿਦ ਬਣੀ ਹੋਈ ਸੀ ਉਹ ਸ਼ਾਹ ਸ਼ਾਹਜਹਾਨ ਦਾ ਖਾਨਸਾਮਾ ਜਿਹੜਾ ਸੀ ਯਾਨੀ ਕਿ ਜਿਹੜਾ ਕੁੱਕ ਸੀ ਉਹਨੇ ਬਣਾਈ ਸੀਗੀ ਤੇ ਕੱਲੂ ਘਰਾ ਕਦੋਂ ਹੋਇਆ ਉਹ ਤੇ ਲੇਟਰ ਆਉਣ ਦਾ ਵਾਕਿਆ ਖਾਲਸਾ ਰਾਜ ਕਦੋਂ ਆਇਆ 1800 ਚ ਆਇਆ ਯਾਨੀ ਕਿ ਮਸਜਿਦ ਵੀਣੀ 1700 ਦੇ ਵਿੱਚ ਖਾਲਸਾ ਰਾਜ ਆਇਆ 1800 ਦੇ ਵਿੱਚ ਔਰ ਮਹਾਰਾਜਾ ਰਣਜੀਤ ਸਿੰਘ ਨੇ ਇਹਦੀ ਨੀਂਹ ਪੱਥਰ ਰੱਖੀ ਔਰ ਮਹਾਰਾਜਾ ਰਣਜੀਤ ਸਿੰਘ ਨੇ ਇਹ ਸਥਾਨ ਦੀ ਸੇਵਾ ਕਰਵਾਈ ਸੀ ਤੇ 100 ਸਾਲ ਬਾਅਦ ਮਹਾਰਾਜਾ ਦਾ ਰਾਜ ਆਇਆ ਠੀਕ ਹੈ ਮੰਨਿਆ ਕਿ ਜਿਨ੍ਹਾਂ ਦਾ ਰਾਜ ਹੁੰਦਾ ਹੈ ਜਿਹਦਾ ਰਾਜ ਹੁੰਦਾ ਹੈ ਇਹ ਤਾਰੀਖ ਦੇ ਵਿੱਚ ਹੁੰਦਾ ਆਇਆ ਹੈ ਕਿ ਜਿਹਦੀ लाठी ਉਹਦੀ ਭਾਂਸ ਹੈ ਉਹ ਵਾਲੀ ਗੱਲ ਹੈ ਕਿ ਘੱਟ ਕਿਸੇ ਨੇ ਵੀ ਨਹੀਂ ਕੀਤੀ ਜੇ ਅਗਰ ਮੁਗਲ ਪੀਰੀਅਡ ਦੇ ਵਿੱਚ ਕੱਲੂ ਘਾਰੇ ਹੋਏ ਨੇ ਤੇ ਉਸ ਤੋਂ ਬਾਅਦ ਇਹ ਆ ਵਾਲਾ ਜਿਹੜਾ ਵਾਕਿਆ ਹੈ ਤੁਸੀਂ ਇਹਨੂੰ ਕੀ ਕੈਲਕੂਲੇਟ ਕਰਦੇ ਹੋ 2005 ਦੇ ਵਿੱਚ ਸਾਰੇ ਕੇਸਿਸ ਨੂੰ ਪਿੱਛੇ ਛੱਡ ਕੇ ਗਵਰਨਮੈਂਟ ਆਫ ਪਾਕਿਸਤਾਨ ਨੇ ਯੂਕੇ ਦੀ ਸਿੱਖ ਸੰਗਤ ਜਿਹੜੀ ਹੈ ਉਹਨਾਂ ਦੇ ਸੰਜੋਗ ਦੇ ਨਾਲ ਇਹਨਾਂ ਦੇ ਸਥਾਨ ਤੋਂ 15 ਗਜ਼ ਦੇ ਫਾਸਲੇ ਤੇ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਸਥਾਪਿਤ ਕੀਤਾ ਗਿਆ ਉਹਦੇ ਨਾਲ ਹੀ ਗੁਰੂ ਘਰ ਦੇ ਨਾਲ ਹੀ ਪੂਰੀ ਕੈਲੂਅ ਤੁਸੀਂ ਕਿ ਸਰਾ ਬਣਾਈ ਗਈ ਹੈ ਜਿੱਥੇ ਕਿ 1 ਮਹੀਨੇ ਦੇ ਵਿੱਚ ਤੁਸੀਂ ਜਾ ਕੇ ਰਜਿਸਟਰ ਚੈੱਕ ਕਰ ਲਵੋ ਘੱਟੋ ਘੱਟ 2 ਤੋਂ 3000 ਹਿੰਦੂ ਵਿਪਤੀ ਜਿਹੜਾ ਹੈ ਕਰਾਚੀ ਤੋਂ ਜਿਹੜਾ ਆਉਂਦਾ ਹੈ ਕਰਾਚੀ ਜਾਂਦਾ ਉਹ ਆ ਕੇ ਗੁਰਦੁਆਰਾ ਸਾਹਿਬ ਦੀ ਸਰਾਹ ਦੇ ਵਿੱਚ ਆ ਕੇ ਠਹਿਰਦਾ ਹੈ ਠੀਕ ਹੈ ਜੀ ਸਰਕਾਰੀ ਗ੍ਰੰਥੀ ਕੇਅਰ ਟੇਕਰ ਉਸ ਜਗ੍ਹਾ ਦੇ ਉੱਤੇ ਮੌਜੂਦ ਹੈ ਉਸ ਤੋਂ ਇਲਾਵਾ ਤਿੰਨ ਮੰਜ਼ਲਾ ਉਹ ਮਤਲਬ ਕਿ ਗੁਰਦੁਆਰਾ ਸਾਹਿਬ ਹੈ ਸੁਬਾ ਸ਼ਾਮ ਦੀਵਾਨ ਸੱਜਦੇ ਨੇ ਅਗਰ ਕਿਸੇ ਨੂੰ ਭੁਲੇਖਾ ਹੈ ਤੇ ਮੈਂ ਉਹਨਾਂ ਤਸਵੀਰਾਂ ਭੇਜ ਸਕਦਾ ਉਹਨੂੰ ਮੈਂ ਵੀਡੀਓ ਭੇਜ ਸਕਦਾ ਵਾਂ ਲੇਕਿਨ ਸ਼ਹੀਦੀ ਸਥਾਨ ਨੂੰ ਹੈ ਕਹਿ ਦੇਣਾ ਕਿ ਇਹ ਗੁਰਦੁਆਰਾ ਸਾਹਿਬ ਹੈ ਤੇ ਫਿਰ ਤੁਹਾਡੀ ਆਪਣੀ ਮਰਜ਼ੀ ਹੈ ਉਹਨੂੰ ਜੋ ਮਰਜ਼ੀ ਕਹਾਣੀਆਂ ਸੁਣਾ ਦੇ ਤੁਸੀਂ ਉਹਦੇ ਪਿੱਛੇ ਟੁਰ ਪੋਗੇ ਲੇਕਿਨ ਮੈਂ ਹੀ ਦੱਸਾਂਗਾ ਕਿ ਉਹ ਇੱਕ ਕੰਪਲੈਕਸ ਸੀ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਬ੍ਰਿਟਿਸ਼ ਨੇ ਰਸਤਾ ਬਣਾਇਆ ਤੇ ਉਹ ਜਗ੍ਹਾ ਜਿਹੜੀ ਹੈ ਦੋ ਢਾਈ ਕਨਾਲ ਦੀ ਉਹ ਇੱਕ ਸਾਈਡ ਤੇ ਹੋਗੀ ਤੇ ਬਾਕੀ ਗੁਰਦੁਆਰਾ ਕੰਪਲੈਕਸ ਦੀ ਜਿੱਥੇ ਗੁਰਦੁਆਰਾ ਹੈ ਵੀ ਨਹੀਂ ਸੀ ਉੱਥੇ ਥੜਾ ਸਾਫ ਸੀ 1948 ਜਦੋਂ 47 ਤੋਂ ਬਾਅਦ 1948 ਦੇ ਵਿੱਚ ਪਹਿਲੀ ਵਾਰੀ ਜਦੋਂ ਸੰਗਤ ਆਈ ਹੈ ਤੇ ਬਲੈਕ ਐਂਡ ਵਾਈਟ ਪਿਕਚਰ ਹੈ ਇੱਕ ਥੜਾ ਸਾਹਿਬ ਹੈ ਤਕਰੀਬਨ ਕੋਈ ਕੈਲਵੋ 8/6 ਦਾ 8/6 ਦਾ ਥੜਾ ਸਾਹਿਬ ਹੈ ਉਹਦੇ ਉੱਤੇ ਹੀ ਗੁਰਦੁਆਰਾ ਸਾਹਿਬ ਜਿਹੜਾ ਹੈ 2005 ਦੇ ਵਿੱਚ ਸਿੱਖ ਸੰਗਤ ਯੂਕੇ ਦੀ ਸੰਯੋਗ ਦੇ ਨਾਲ ਉਹ ਗੁਰਦੁਆਰਾ ਬਣਾਇਆ ਗਿਆ ਤੇ ਉਹ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਹੀ ਹੈ ਤੇ ਹੁਣ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਜਿਹੜੀ ਉਹ ਮੌਲਵੀ ਸਾਹਿਬ ਕਰ ਰਹੇ ਨੇ ਉਹ ਕਰ ਰਹੇ ਨੇ ਮਸਜਿਦ ਸ਼ਹੀਦ ਸਿੰਘ ਸਿੰਘਣੀਆਂ ਅਮ ਸੌਰੀ ਮਸਜਿਦ ਸ਼ਹੀਦ ਗੰਜ ਠੀਕ ਹੈ ਜੀ ਸ਼ਹੀਦ ਗੰਜ ਦਾ ਹੀ ਲਫ਼ਜ਼ ਜਿਹੜਾ ਹੈ ਉਹ ਮੁਸਲਮ ਯੂਜ਼ ਕਰ ਰਹੇ ਨੇ ਔਰ ਸ਼ਹੀਦ ਸਿੰਘ ਸਿੰਘਣੀਆਂ ਦਾ ਜ਼ਿਕਰ ਜਿਹੜਾ ਹੈ ਉਹ ਸਿੱਖ ਹਿਸਟਰੀ ਦੇ ਵਿੱਚ ਹੈ ਅਗਰ ਫਿਰ ਵੀ ਕਿਸੇ ਨੂੰ ਕੋਈ ਕੌਨਫਲਿਕਟ ਹੈ ਤਾਂ ਮੇਰੀ ਸ਼ਾਹਿਦ ਜਬੀਰ ਵਾਲੀ ਜਿਹੜੀ ਆਈਡੀ ਹੈ ਉਹਦੇ ਵਿੱਚ ਜਾ ਕੇ ਉਹ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਦੇ ਵਿੱਚ ਸ਼ਹੀਦੀ ਸਤਾਨ ਬਾਈ ਤਾਰੂ ਸਿੰਘ ਔਰ ਕਨਫਲਿਕਟ ਆਫ ਗੁਰਦੁਆਰਾ ਸ਼ਹੀਦ ਗੰਜ ਦੇ ਮੁਤਲਕ ਤੁਸੀਂ ਪੂਰੀ ਜਿਹੜੀ ਹੈ ਉਹ ਡਿਟੇਲ ਪੜ੍ਹ ਸਕਦੇ ਹੋ ਮੈਂ ਉਸ ਦੌਰ ਦੀਆਂ ਅਖਬਾਰ ਦੀ ਕਟਿੰਗਸ ਵੀ ਲਾਈਆਂ ਨੇ ਕਿ ਬਕਾਇਦਾ ਤੌਰ ਤੇ ਉਸ ਦੌਰ ਦੇ ਵਿੱਚ ਜਿਹੜੀ ਮਸਜਿਦ ਸੀ ਉਹਨੂੰ ਸ਼ਹੀਦ ਕੀਤਾ ਗਿਆ ਜਿਹੜੀ ਕਿ ਅੱਜ ਤੱਕ ਦੁਬਾਰਾ ਨਹੀਂ ਬਣੀ ਉਹਦਾ ਬਹੁਤ ਵੱਡਾ ਗੁੰਬਦ ਦੂਰੋਂ ਨਜ਼ਰ ਆ ਰਿਹਾ ਹੈ ਔਰ ਬ੍ਰਿਟਿਸ਼ਰ 10 15 ਉੱਤੇ ਚੜੇ ਹੋਏ ਨੇ ਇਹ ਅਗਰ ਕਿਸੇ ਨੂੰ ਆਪਣਾ ਪੰਥ ਜਾਂ ਧਰਮ ਪਿਆਰਾ ਹੈ ਤਾਂ ਮੈਂ ਨੂੰ ਮੈਂ ਮੁਸਲਮਾਨਾ ਮੈਨੂੰ ਵੀ ਆਪਣੀ ਮਸਜਿਦ ਪਿਆਰੀ ਹੈ ਮੈਨੂੰ ਆਪਣਾ ਰੱਬ ਦਾ ਘਰ ਪਿਆਰਾ ਹੈ ਲੇਕਿਨ ਉਸ ਵੇਲੇ ਜੋ ਗਵਰਨਮੈਂਟ ਨੇ ਫੈਸਲਾ ਕੀਤਾ ਅਸੀਂ ਅੱਜ ਤੱਕ ਉਹਦੇ ਉੱਤੇ ਕਾਇਮ ਆ ਅੱਜ ਤੱਕ ਉੱਥੇ ਕਿਸੇ ਨੇ ਇੱਕ ਨਵੀਂ ਇੱਟ ਵੀ ਨਹੀਂ ਲਾਈ ਜਾ ਕੇ ਜੋ ਸ਼ਹੀਦੀ ਸਥਾਨ ਹੈ ਉਹ ਉੱਥੇ ਹੀ ਹੈ ਉਹ ਮਸਜਿਦ ਦੇ ਰੇਮਿਨਸ ਨੇ ਉਹ ਵੀ ਉੱਥੇ ਹੀ ਨੇ ਕਦੀ ਵੀ ਕੋਈ ਸਿੱਖ ਸੰਗਤ ਮੇਰੇ ਨਾਲ ਮੈਂ ਟੂਰ ਆਪਰੇਟਿੰਗ ਕਰਦਾ ਹਾਂ ਮੇਰੇ ਨਾਲ ਇੰਨੀਆਂ ਸਿੱਖ ਸੰਗਤਾਂ ਆਈਆਂ ਨੇ ਕਦੀ ਪੁੱਛੋ ਉਹਨਾਂ ਨੂੰ ਕਦੀ ਕੋਈ ਮਾਮਲਾ ਹੋਇਆ ਕਿਸੇ ਨੇ ਉਹਨਾਂ ਨੂੰ ਰੋਕਿਆ ਹੋਇਆ ਕਿਸੇ ਨੇ ਉਹਨਾਂ ਨੂੰ ਉੱਥੇ ਮੱਤਾਂ ਨਾ ਟੈਕਣ ਦਿੱਤਾ ਹੋਵੇ ਜਾਂ ਉੱਥੇ ਉਹਨੂੰ ਅਰਦਾਸ ਨਾ ਕਰਨ ਦਿੱਤੀ ਗਈ ਹੋਵੇ ਪੂਰਾ ਦਾ ਪੂਰਾ ਸਥਾਨ ਦੀ ਕੋਈ ਇੱਕ ਨੁੱਕਰ ਤੱਕ ਵੀ ਡੈਮੇਜ ਨਹੀਂ ਹੈਗੀ ਫਿਰ ਪਤਾ ਨਹੀਂ ਮੈਨੂੰ ਨਹੀਂ ਸਮਝ ਆਉਂਦੀ ਹੈ ਕਿ ਮੀਡੀਆ ਦੇ ਚੋਂ ਕੀ ਕੱਢਣਾ ਚਾਹੁੰਦਾ ਹੈ ਸਿਰਫ ਔਰ ਸਿਰਫ ਨਜ਼ਰ ਨੂੰ ਡਾਇਵਰਟ ਕਰਨਾ ਯਾਰ ਨਜ਼ਰ ਨੂੰ ਡਾਇਵਰਟ ਕਰਨਾ ਕੋਈ ਹੋਰ ਨਿਊਜ਼ ਲੈ ਲਓ ਮੈਂ ਤੁਹਾਡੀ ਡਾਇਵਰਟ ਕਰਨਾ ਨਜ਼ਰ ਮੈਂ ਤੁਹਾਨੂੰ ਅੱਜ ਦੱਸਣਾ ਗੁਰੂ ਪਿਆਰੀ ਸੰਗਤ ਜੀ ਇੱਕ ਬਹੁਤ ਹੀ ਵਧੀਆ ਕੰਮ ਜਿਹੜਾ ਕਿ ਜਿਹਦੀ ਵਜ੍ਹਾ ਨਾਲ ਇਸ ਵੇਲੇ ਕੁਝ ਲੋਕਾਂ ਨੂੰ ਮਿਰਚਾਂ ਲੱਗ ਰਹੀਆਂ ਨੇ ਕਿੰਨਾਂ ਨੂੰ ਲੱਗ ਰਹੀਆਂ ਨੇ ਉਹਨਾਂ ਨੂੰ ਲੱਗ ਰਹੀਆਂ ਜਿਹੜੇ ਕਿ ਲੋਕ ਸਿੱਖ ਮੁਸਲਿਮ ਇਤਿਹਾਦ ਸਿੱਖ ਮੁਸਲਿਮ ਦਾ ਪਿਆਰ ਨਹੀਂ ਦੇਖਣਾ ਚਾਹੁੰਦੇ ਜਿਹੜੇ ਲੋਕ ਭਾਈ ਮਰਦਾਨਾ ਔਰ ਬਾਬਾ ਗੁਰੂ ਨਾਨਕ ਸਾਹਿਬ ਦੇ ਪਿਆਰ ਨੂੰ ਜਾਂ ਗੁਰੂ ਅਰਜਨ ਦੇਵ ਜੀ ਔਰ ਸਾਈ ਮੀਆਂ ਮੀਰਜੀ ਦੇ ਪਿਆਰ ਨੂੰ ਅੱਗੇ ਵਧਦਾ ਨਹੀਂ ਦੇਖ ਸਕਦੇ ਉਹ ਹੀ ਲੋਕ ਸਿਰਫ ਸ਼ਰਾਰਤ ਕਰ ਰਹੇ ਨੇ ਔਰ ਕੁਝ عرصਾ ਪਹਿਲੇ ਸੀ ਓਪਨਿੰਗ ਕੀਤੀ ਸੀ ਗੁਰਦੁਆਰਾ ਸ੍ਰੀ ਪਹਿਲੀ ਪਾਸ਼ਾਹੀ ਚਵਾ ਬਾਬਾ ਗੁਰੂ ਨਾਨਕ ਸਾਹਿਬ ਆਊਟ ਸਕਰਟਸ ਆਫ ਦੀ ਰੋਤਾਸ ਫੋਰਟ ਜੇਲਮ ਦੇ ਵਿੱਚ ਟਿੱਲਾ ਜੋਗੀਆਂ ਦੇ ਕੋਲ ਕਿਲਾ ਜਿਹੜਾ ਹੈ ਰੋਤਾਸ ਦਾ ਉਹਦੇ ਬਾਹਰ ਜਿਹੜਾ ਹੈ ਗੁਰਦੁਆਰਾ ਸਾਹਿਬ ਹੈ ਉਹਦੀ ਸੇਵਾ ਜਿਹੜੀ ਹੈ ਯੂਐਸਏ ਦੀ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਰنجੀਤ ਨਗਾਰਾ ਦੇ ਨਾਮ ਤੋਂ ਉਹਨਾਂ ਨੂੰ ਦਿੱਤੀ ਗਈ ਹੈ ਔਰ ਉਹ ਖਾਲੀ ਇੱਕ ਗੁਰਦੁਆਰਾ ਰੈਨੋਵੇਟ ਨਹੀਂ ਕਰ ਰਹੇ ਕਾਰ ਸੇਵਾ ਨਹੀਂ ਕਰ ਰਹੇ ਔਰ 18 ਗੁਰਦੁਆਰੇ ਘਟੋ-ਘਟੋ ਉਹਨਾਂ ਦੀ ਲਿਸਟ ਵਿੱਚ ਨੇ ਔਰ ਇਹਨਾਂ ਨੂੰ ਵਾਰੀ-ਵਾਰੀ ਰੈਨੋਵੇਟ ਕਰਨਾ ਹੈ ਰਵਾਰੀ ਬਰੀ ਰੀਸਟੋਰਟ ਕਰਦਾ ਹੈ ਇਸ ਸਾਲ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਪਤਾ ਇੱਕ ਲਾਸਟ ਈਅਰ ਦੀ ਜਿਹੜੀ ਸੀ ਇਖਤਤਾਮ ਸੀ ਉਹ ਗੁਰਦੁਆਰਾ ਸ੍ਰੀ ਪਹਿਲੇ ਪਾਸ਼ਾਹੀ ਦਰਬਾਰ ਸਾਹਿਬ ਕਰਤਾਰਪੁਰ ਦੀ ਰੈਨੋਵੇਸ਼ਨ ਔਰ ਨਵਾਂ ਕੰਪਲੈਕਸ ਤਮੀਰ ਕਰਕੇ ਕੀਤੀ ਗਈ ਦੂਸਰੀ ਜਿਹੜੀ ਸੀ ਖਬਰ ਉਹ ਸੀ ਆਪਣਾ ਕਹਿ ਲੋ ਨਵੇਂ ਸਾਲ ਦੇ ਵਿੱਚ ਹੀ ਗੁਰਦੁਆਰਾ ਛੇਵੀਂ ਪਾਸ਼ਾਹੀ ਖਰਾ ਸਾਹਿਬ ਔਰ ਹੁਣ ਗੁਰਦੁਆਰਾ ਸ੍ਰੀ ਪਹਿਲੀ ਪਾਸ਼ਾ ਜਿਹੜੀ ਹੈ ਉਹਦੀ ਮੁਕੰਮਲ ਰੀਸਟੋਰੇਸ਼ਨ ਦਾ ਕੰਮ ਜਿਹੜਾ ਹੈ ਉਹ ਬਕਾਇਦਾ ਤੌਰ ਦੇ ਉੱਤੇ ਐਨਓਸੀ ਜਾਰੀ ਕਰ ਦਿੱਤਾ ਗਿਆ ਔਰ ਸੇਵਾ ਜਿਹੜੀ ਹੈ ਬਹੁਤ ਜਲਦੀ ਸ਼ੁਰੂ ਹੋ ਜਾਏਗੀ ਔਰ ਮੈਂ ਆਪ ਜੀ ਨੂੰ ਲਾ ਜਾ ਕੇ ਲਾਈਵ ਉੱਤੇ ਦਰਸ਼ਨ ਕਰਵਾਵਾਂਗਾ ਕਿ ਐ ਹਾਲਤ ਵਿੱਚ ਗੁਰਦੁਆਰਾ ਸਾਹਿਬ ਹੈ ਔਰ ਅਸੀਂ ਉਹਨੂੰ ਕਿਸ ਤਰ੍ਹਾਂ ਰੀਸਟੋਰ ਕਰਾਂਗੇ ਉਹ ਸੰਗਤ ਦੇ ਸੰਯੋਗ ਦੇ ਨਾਲ ਉਹ ਫਿਰ ਮੈਂ ਵੀਕਲੀ ਰਿਪੋਰਟ ਤੁਹਾਨੂੰ ਦਵਾ ਕਰਾਂਗਾ ਕਿ ਵੀ ਕਿੰਨਾ ਕੰਮ ਉਹ ਤੇ ਮੁਕੰਮਲ ਹੋਇਆ ਔਰ ਕਿਸ ਤਰੀਕੇ ਦਾ ਕੰਮ ਅਸੀਂ ਚਾ ਰਹੇ ਹਾਂ ਔਰ ਉਸ ਤਰੀਕੇ ਨਾਲ ਰੱਬ ਖੈਰ ਕਰੇ ਤੇ ਸਿਖ ਰਹਿਤ ਮਰਿਆਦਾ ਦੇ ਤਹਿਤ ਹੀ ਉਸ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਕਰ ਸੇਵਾ ਉਹ ਮੁਕੰਮਲ ਕੀਤੀ ਜਾਏਗੀ ਔਰ ਤੁਸੀਂ ਦੇਖ ਕੇ ਖੁਸ਼ ਹੋਵੋਗੇ ਬਹੁਤ ਸੰਗਤਾਂ ਮੈਨੂੰ ਕਹਿੰਦੀਆਂ ਸਨ ਕਿ ਬਾਬਾ ਜੀ ਤੁਸੀਂ ਖੁਦ ਨਾਲ ਹੋ ਕੇ ਸੇਵਾ ਕਰਵਾਓ ਤੇ ਪਹਿਲੀ ਵਾਰੀ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਾ ਵਾਂ ਕਿ ਮੈਂ ਆਬਜ਼ਰਵਿੰਗ ਟੀਮ ਦੇ ਵਿੱਚ ਹੋਵਾਂਗਾ ਐਜ਼ ਅ ਹਿਸਟੋਰੀਕਲ ਫੈਕਟਸ ਦੇਖਣ ਦੇ ਵਿੱਚ ਤੇ ਮੈਂ ਤੁਹਾਨੂੰ ਨਾਲ ਦੀ ਨਾਲ ਲਗਾ ਕਰਾਂਗਾ ਤੇ ਇਸ ਵਾਸਤੇ ਫਿਰ ਇੱਕ ਮੰਦਰ 200 ਸਾਲ ਪੁਰਾਣਾ ਕੁਝ ਮਹੀਨੇ ਪਹਿਲੇ ਜਿਹੜਾ بلوچستان ਦੇ ਵਿੱਚ ਉਹ Hindu Sangat ਦੇ ਹਵਾਲੇ ਕੀਤਾ ਗਿਆ ਉਸ ਤੋਂ ਬਾਅਦ ਸਿੰਧ ਦੇ ਵਿੱਚ ਇੱਕ ਮੰਦਿਰ ਜਿਹੜਾ ਹੋਰ ਸੰਗਤ ਦੇ ਹਵਾਲੇ ਕੀਤਾ ਗਿਆ ਪਿਸ਼ਾਵਰ ਦੇ ਵਿੱਚ ਇੱਕ ਮੰਦਿਰ ਜਿਹੜਾ ਉਹ ਸੰਗਤ ਦੇ ਹਵਾਲੇ ਕੀਤਾ ਗਿਆ ਤਿੰਨ ਮੰਦਿਰ ਹੋ ਗਏ ਚੌਥਾ ਮੰਦਿਰ ਜਿਹੜਾ ਉਹ ਸਿਆਲਕੋਟ ਦੇ ਵਿੱਚ ਜਿਹੜਾ ਸ਼ਿਵਾਲਾ ਬਜ ਤੇਜਾ ਸਿੰਘ ਜਿਹੜਾ ਉਹ ਖੋਲਿਆ ਗਿਆ ਠੀਕ ਹੈ ਜੀ ਔਰ ਉਸ ਤੋਂ ਬਾਅਦ ਫਿਰ ਹੁਣ ਹੋਰ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਉਹ ਨਿਸ਼ਾਨਦੇਹੀ ਕੀਤੀ ਗਈ ਹੈ ਜਿਸ ਤਰ੍ਹਾਂ ਕਿ ਜੰਮੂ ਦੇ ਬਾਰਡਰ ਦੇ ਉੱਤੇ ਗੁਰਦੁਆਰਾ ਸਾਹਿਬ ਹੈ ਕੀਰਤਨਗੜ ਅਲੀ ਬੇਗ ਦੇ ਵਿੱਚ ਆਪਾਂ ਉਹਦੀ ਗੱਲ ਕੀਤੀ ਹੈ ਅਸਲ 'ਚ ਤੇ ਮਸਾਲਾ ਲੱਗਿਆ ਹੋਇਆ ਐ ਇਨ੍ਹਾਂ ਚੀਜ਼ਾਂ ਦਾ ਜਿਹੜਾ ਕੰਮ ਮੈਂ 10 ਸਾਲ ਤੋਂ ਕਰ ਰਿਹਾ ਮਾ ਹੁਣ ਲੋਕ ਉਹਦੇ 'ਚ ਆਪਣਾ ਯੋਗਦਾਨ ਪਾ ਰਹੇ ਨੇ ਅੱਗੇ ਆ ਰਹੇ ਨੇ ਕਿਤਾਬਾਂ ਤੋਂ ਅੱਗੇ ਪੋਸਟਾਂ ਤੋਂ ਅੱਗੇ ਵੀਡੀਓਜ਼ ਤੋਂ ਅੱਗੇ ਕੰਮ ਕਰਨਾ ਸ਼ੁਰੂ ਹੋ ਗਏ ਨੇ ਤੇ ਆ ਚੀਜ਼ ਥਰਡ ਪਾਰਟੀ ਜਿਹੜੀ ਕੋਈ ਵੀ ਹੈ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਕੌਣ ਸਿਰਫ ਉਹ ਲੋਗ ਨੇ ਸ਼ਰਾਰਤੀ ਲੋਗ ਨੇ ਜਿਹੜੇ ਲੋਗ ਸਿੱਖ ਮੁਸਲਿਮ ਫਰੈਂਡਸ਼ਿਪ ਮਿਸ਼ਨ ਨੂੰ ਨਹੀਂ ਦੇਖਣਾ ਚਾਹੁੰਦੇ ਜਿਹੜੇ ਲੋਗ ਸਿੱਖਾਂ ਨੂੰ ਖੁਸ਼ਹਾਲ ਨਹੀਂ ਦੇਖਣਾ ਚਾਹੁੰਦੇ ਕਦੀ ਕਹਿੰਦੇ ਨੇ ਕਿ ਅਸੀਂ ਖੁੱਲੇ ਖੁੱਲਾ ਐਲਾਨ ਕਰਦੇ ਆ ਕਿ ਵੀ ਸੰਗਤਾਂ ਜਿਹੜੀਆਂ ਨੇ ਉਹ ਇੰਡੀਆ ਆ ਜਾਣ ਭਈ ਇੰਡੀਆ ਆ ਜਾਣ ਜਿਹਦੀ ਮਰਜ਼ੀ ਹੈ ਉਹਨੇ ਜਾਣਾ ਤੁਹਾਡੇ ਕਹਿਣ ਦੇਤੇ ਤੇ ਕਿਸੇ ਨੇ ਨਹੀਂ ਜਾਣਾ ਔਰ ਜੇ ਪਾਕਿਸਤਾਨ ਦੇ ਵਿੱਚ ਸੰਗਤ ਬੈਠੀ ਹੋਈ ਹੈ ਅਗਰ ਉਹਨਾਂ ਨੂੰ ਪ੍ਰੋਬਲਮ ਹੋਵੇ ਤੇ ਉਹ ਪਾਕਿਸਤਾਨ ਛੱਡ ਕੇ ਜਾਣ ਜੇ ਉਹਨਾਂ ਨੂੰ ਪ੍ਰੋਬਲਮ ਨਹੀਂ ਹੈ ਤੇ ਉਹ ਪਾਕਿਸਤਾਨ ਛੱਡ ਕੇ ਕਿਉਂ ਜਾਣਗੇ ਧੱਕੇ ਨਾਲ ਕੋਈ ਕਿਸੇ ਨੂੰ ਲੈ ਕੇ ਨਹੀਂ ਜਾ ਸਕਦਾ ਔਰ ਸ਼ਾਇਦ ਜਿਹੜੇ ਲੋਕ ਉਹਨਾਂ ਨੂੰ ਮਿਲੇ ਨੇ ਜਿਹੜੇ ਸਾਡੇ ਪਸ਼ਾਵਰੀ ਸਿੰਘ ਨੇ हसन ਅਬਦਾਲ ਵਾਲੇ ਸਿੰਘ ਨੇ ਜਾਂ ਸਾਡੇ ਨਨਕਾਣਾ ਵਾਲੇ ਸਿੰਘ ਨੇ ਹੁਣ ਤਾਂ ਖੈਰ ਦੀ ਆਵਾਜ਼ ਦੇ ਨਾਲ ਅਗਰ ਸੰਗਤ ਦਾ ਨਾਮ ਲਵੋ ਤਾਂ ਸਿੰਧ ਦੇ ਵਿੱਚ ਵੀ ਇਹ ਸਮਝ ਲਓ ਕਿ ਜਿੰਨੀ ਨਨਕਾਣੇ ਵਿੱਚ ਸੰਗਤ ਹੈ ਉਸ ਤੋਂ ਤਿੰਨ ਗੁਣਾ ਸੰਗਤ ਇਸ ਵੇਲੇ ਜਿਹੜੀ ਹੈ ਉੱਥੇ ਹੋ ਗਈ ਹੈ ਸਿੰਧ ਦੇ ਵਿੱਚ ਹੋ ਗਈ ਹੈ ਸਿੰਧ ਦੇ ਤਾਰੀਖੀ ਗੁਰਦੁਆਰੇ ਜਿਹੜੇ ਨੇ ਤਿੰਨ ਉਹ ਖੋਲ ਦਿੱਤੇ ਗਏ ਨੇ ਠੀਕ ਹੈ ਕਿ ਨਹੀਂ ਸੰਗਤ ਭਰਪੂਰ ਉੱਥੇ ਆਪਣੇ ਦੀਵਾਨ ਸਜਾਂਦੀ ਹੈ ਲੰਗਰ ਸिखਾਇਆ ਜਾਂਦਾ ਨੇ ਗਰੀਬਾਂ ਦੀ ਹੈਲਪ ਕੀਤੀ ਜਾਂਦੀ ਹੈ ਅਗਰ ਇਸ ਚੀਜ਼ ਦੀ ਕਿਸੇ ਨੂੰ ਪੀੜਤਾ ਹੈ ਅਗਰ ਇਸ ਚੀਜ਼ ਦੀ ਕਿਸੇ ਨੂੰ ਦਰਦ ਹੈ ਤੇ ਪਾਕਿਸਤਾਨ ਦੇ ਫੇਰ ਕੰਮ ਕਰਦਾ ਰਹੇਗਾ ਸਾਡੇ ਪੀਐਮ ਇਮਰਾਨ ਖਾਨ ਸਾਹਿਬ ਨੇ ਇੱਕ ਆਵਾਜ਼ ਲਾਈ ਹੈ ਅਸੀਂ ਮੇਬੀ ਸਾਡਾ ਕੋਈ ਆਪਸ ਦੇ ਵਿੱਚ ਕੋਈ ਕਿਸੇ ਚੀਜ਼ ਦੇ ਉੱਤੇ ਇਖਤਿਲਾਫ ਨਹੀਂ ਹੈ ਲੇਕਿਨ ਜਦੋਂ ਮਿਨੋਰਟੀ ਦੀ ਉਹ ਗੱਲ ਕਰਦੇ ਨੇ ਤੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੇ ਹੋਏ ਹਾਂ ਔਰ ਅਗਰ ਕਿਸੇ ਦੇ ਵਿੱਚ ਸਾਹ ਹੈਗਾ ਤੇ ਫਿਰ ਉਹ ਸਾਹਮਣੇ ਆ ਕੇ ਵਾਰ ਕਰੇ ਫਿਰ ਅਸੀਂ ਉਹਨੂੰ ਜਵਾਬ ਦਾਂਗੇ ਲੇਕਿਨ ਇਦਾਂ ਛੁਪ ਕੇ ਵਾਰ ਕਰਨੇ ਔਰ ਇਦਾਂ ਲੈਟਰ ਬਾਜ਼ੀ ਕਰਨੀ ਔਰ ਇਦਾਂ ਦੇ ਚੀਜ਼ਾਂ ਲਿਖਣੀਆਂ ਸਿਰਸਾ ਸਾਹਿਬ ਸਾਨੂੰ ਵੀ ਆਉਂਦੀਆਂ ਨੇ ਮੈਂ ਸਲਾਮਬਾਦ ਚ ਲੰਨਾ ਮਾਂ ਔਰ ਇੱਥੇ ਲਾਗੇ ਹੀ ਕੌਂਸੂਲੇਟ ਆਫ ਇੰਡੀਆ ਵੀ ਹੈ ਮੈਂ ਵੀ ਉੱਥੇ ਜਾ ਕੇ ਤੁਹਾਡੇ ਨਾਮ ਦਾ ਚਿੱਠੀ ਜਿਹੜੀ ਹੈ ਉਹ ਜਮ੍ਹਾਂ ਕਰਵਾ ਸਕਣਾ ਵਾ ਲੈਟਰ ਜਮ੍ਹਾਂ ਕਰਵਾ ਸਕਣਾ ਵਾ ਕਿ ਇਹ ਬੰਦਾ ਸਾਡੇ ਮੁਲਕ 'ਚ ਫਸਾਦ ਫਲਾ ਰਿਹਾ ਹੈ ਸਾਡੇ ਮੁਲਕ ਦੇ ਅਗੇਂਸਟ ਕਾਰਵਾਈਆਂ ਕਰ ਰਿਹਾ ਲੇਕਿਨ ਸਾਨੂੰ ਸਾਡੇ ਵੱਡਿਆਂ ਨੇ ਸਾਡੀ ਗਵਰਨਮੈਂਟ ਨੇ ਔਰ ਸਾਡੇ ਡਿਪਾਰਟਮੈਂਟਸ ਨੇ ਸਾਨੂੰ ਇਹ ਨਹੀਂ ਸਿਖਾਇਆ ਕਿ ਵੀ ਕਿਸੇ ਦੇ ਮੁਤਲਕ ਜਿਹੜਾ ਗਲਤ ਗੱਲਾਂ ਕਰੋ ਤੁਸੀਂ ਸ਼ਾਇਦ ਤੁਹਾਡੀ ਜਿਹੜੀ ਸਿੱਖਿਆ ਹੈ ਜਾਂ ਤੁਹਾਡਾ ਜਿਹੜਾ ਕੋਈ ਕੀਤੀ ਗਈ ਹੈ ਉਹਦੇ ਵਿੱਚ ਤੁਹਾਨੂੰ ਇਹ ਸਿਖਾਇਆ ਗਿਆ ਕਿ ਸ਼ਰਾਰਤ ਕਿਵੇਂ ਕਰੀਦੀ ਹੈ ਲੜਾਈ ਕਿਵੇਂ ਪਾਈਦੀ ਐ ਔਰ ਦੂਜਿਆਂ ਦੇ ਘਰ ਧਿਆਨ ਕੇੰਜ ਮਾਰੀਦਾ ਠੀਕ ਐ ਕਿ ਨਹੀਂ ਜਿੱਦਣ ਇਦਾਂ ਦੀ ਗੱਲ ਆਈ ਨਾ ਪੱਤਰਕਾਰੀ ਵਾਲੀ ਤੇ ਜਾਂ ਅਗਰ ਪੋਲਿਟਿਕਸ ਵਾਲੀ ਤੇ ਆ ਜਾਣਾ ਤੁਸੀਂ ਅੱਗੇ ਵੀ ਨਨਕਾਣੇ ਆ ਕੇ ਗਏ ਹੋ ਆ ਕੇ ਮੁਨਾਜ਼ਰਾ ਕਰਨਾ ਮੇਰੇ ਨਾਲ ਆਮਣੇ ਸਣਮਣੇ ਬੈਠਣਾ ਔਰ ਫਿਰ ਮੈਂ ਤੁਹਾਨੂੰ ਪੁੱਛਾਂਗਾ ਸਾਕਾ ਨਨਕਾਣਾ ਤੇ ਕਿਉਂ ਨਹੀਂ ਗੱਲ ਕਰਦੇ 84 87 ਤੇ ਕਿਉਂ ਨਹੀਂ ਗੱਲ ਕਰਦੇ ਠੀਕ ਐ ਤੇ ਦਿੱਲੀ ਤੇ ਗੱਲ ਕਿਉਂ ਨਹੀਂ ਕਰਦੇ ਔਰ ਰਾਈਟਸ ਆਫ ਗੁਜਰਾਤ ਤੇ ਕਿਉਂ ਨਹੀਂ ਕਰਦੇ ਔਰ ਗੁਰੂ ਗ੍ਰੰਥ ਸਾਹਿਬ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਅੰਗ ਜਿਹੜੇ ਸ਼ਹੀਦ ਕੀਤੇ ਗਏ ਉਹਨਾਂ ਸਜ਼ਾਵਾਰਾਂ ਨੂੰ ਕਿਉਂ ਨਹੀਂ ਸਜ਼ਾ ਮਿਲ ਰਹੀ ਹੈ ਕਾਤਲਾਂ ਨੂੰ ਸਜ਼ਾ ਕਿਉਂ ਨਹੀਂ ਮਿਲ ਰਹੀ ਹੈ ਗੁਰਦੁਆਰਾ ਮੰਗੂ ਮਟ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਸਿਰਫ ਪਾਕਿਸਤਾਨ ਦੇ ਗੁਰਦੁਆਰਿਆਂ ਵਾਸਤੇ ਤੁਹਾਡਾ ਬਹੁਤ ਹੀ ਜਾਗ ਜਾਂਦਾ ਹੈ ਔਰ ਤੁਹਾਡੇ ਆਪਣੇ EMPLOYES ਵੀਡੀਓ ਰਹੀ ਸ਼ਿਕਾਇਤ ਕਰ ਰਹੇ ਨੇ ਤੁਸੀਂ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧ ਕਮੇਟੀ ਦੇ ਤੁਸੀਂ ਮੁਖ ਬਣੇ ਹੋਏ ਉਹ ਵੱਡੇ ਬਣੇ ਹੋਏ ਤੁਸੀਂ ਤੁਹਾਨੂੰ ਉਹ ਡਿਊਟੀ ਕਰਨੀ ਚਾਹੀਦੀ ਹੈ ਸੰਗਤ ਤੁਹਾਨੂੰ ਰੁਪਈਆ ਪੈਸਾ ਇਕੱਠਾ ਕਰਕੇ ਦਿੰਦੀ ਹੈ ਲੋਕਾਂ ਦੀ ਸੇਵਾ ਕਰਨ ਵਾਸਤੇ ਨਾ ਕਿ ਤੁਹਾਨੂੰ ਲੜਾਈ ਕਰਨ ਵਾਸਤੇ ਦਿੰਦੀ ਹੈ ਤੁਸੀਂ ਉਹਨਾਂ ਦਾ ਪੈਸਾ ਜਿਹੜਾ ਉਹ ਲੜਾਈਆਂ ਚ ਬਰਬਾਦ ਨਾ ਕਰੋ ਲੋਕਾਂ ਦੀ ਸੇਵਾ ਕਰੋ ਔਰ ਰੱਬ ਦਾ ਸ਼ੁਕਰ ਮਨਾਓ ਕਿ ਤੁਹਾਨੂੰ ਇਸ ਸੇਵਾ ਵਾਸਤੇ ਚੁਣਿਆ ਗਿਆ ਪਤਾ ਨਹੀਂ ਚੁਣਿਆ ਗਿਆ ਜਾਂ ਤੁਹਾਨੂੰ ਧੱਕੇ ਨਾਲ ਲਿਆਇਆ ਗਿਆ ਇਹ ਮੈਨੂੰ ਨਹੀਂ ਪਤਾ ਜੀ ਅਗਰ ਤੁਹਾਨੂੰ ਚੁਣਿਆ ਗਿਆ ਹੈ ਨਾ ਤੇ ਫਿਰ ਤੁਸੀਂ ਸੇਵਾ ਕਰੋ ਸੇਵਾ ਜਿਹੜਾ ਸੇਵਾ ਕਰਦਾ ਹੈ ਨਾ ਉਹ ਇੱਧਰ ਉੱਧਰ ਧਿਆਨ ਨਹੀਂ ਕਰਦਾ ਤੇ ਰੱਬ ਦੀ ਆਪਣੇ ਉੱਤੇ ਮਿਹਰ ਸਮਝੋ ਕਿ ਤੁਸੀਂ ਉਸ ਅਸਥਾਨ ਦੇ ਮਾਲਕ ਬਣ ਕੇ ਬੈਠੇ ਹੋਇਓ ਜਿਨ੍ਹਾਂ ਨੇ ਸੱਚ ਦੀ ਖਾਤਰ ਆਪਣੀਆਂ ਧੋਣਾ ਲਵਾ ਦਿੱਤੀਆਂ ਉਸ ਜਗ੍ਹਾ ਤੇ ਬੈਠ ਕੇ ਝੂਠ ਮਤ ਬੋਲੋ ਫਸਾਦ ਨਾ ਫਿਲਾਓ ਠੀਕ ਹੈ ਪਾਕਿਸਤਾਨ ਵਿੱਚ ਐਸਾ ਕੋਈ ਮਾਮਲਾ ਨਹੀਂ ਹੈ ਅਗਰ ਐਸਾ ਕੋਈ ਮਾਮਲਾ ਹੋਏਗਾ ਅਗਰ ਐਸਾ ਕੋਈ ਝਗੜਾ ਹੋਏਗਾ ਤੇ ਅਸੀਂ ਉੱਥੇ ਪਹਿਲੇ ਪਹੁੰਚਾਂਗੇ ਔਰ ਹੋ ਸਕਦਾ ਹੈ Eid ਦੀਆਂ ਛੁੱਟੀਆਂ ਦੇ ਵਿੱਚ ਮੈਂ ਜਾ ਕੇ ਜਿਹੜਾ ਅਸਥਾਨ ਪਈ ਸ਼ਹੀਦੀ ਤਾਰੂ ਸਿੰਘ ਜੀ ਦਾ ਜਿਹੜਾ ਸਮਾਦ ਹੈ ਮੈਂ ਉੱਥੇ ਜਾ ਕੇ ਤੁਹਾਨੂੰ ਮੈਂ ਉਹ ਦਿਖਾ ਵੀ ਦਵਾਂਗਾ ਔਰ ਮੈਂ ਦੱਸਾਂਗਾ ਕਿ ਇੱਥੇ ਕਿਹਦਾ ਕਬਜ਼ਾ ਹੈ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਮੂੰਚ ਪਾਣਾ ਫਿਰ ਮੈਂ ਗੁਰਪਿਆਰੀ ਸੰਗਤ ਜੀ ਸਾਧ ਸੰਗਤ ਜੀ ਤੁਸੀਂ ਪੂਰੀ ਦੁਨੀਆ ਚ ਸੁਣ ਰਹੇ ਹੋ ਮੈਨੂੰ ਫਿਰ ਤੁਸੀਂ ਮਨਜਿੰਦਰ ਸਿੰਘ ਸਿਰਸਾ ਨੂੰ ਖੁਦ ਪੁੱਛੋਗੇ ਕਿ ਤੂੰ ਜਿਹੜੀਆਂ ਚਿੱਠੀ ਬਾਜ਼ੀ ਕਰ ਰਹੇ ਆ ਔਰ ਵੀਡੀਓ ਦੇ ਜ਼ਰੀਏ ਇਹ ਸ਼ੈਤਾਨੀ ਫਲਾ ਰਹੇ ਆ ਇਹ ਜਿਹੜੀ ਸ਼ਤਾਨੀ ਆ ਫਿਰ ਉਹਦਾ ਜਵਾਬ ਤੁਸੀਂ ਲੈਣਾ ਕਿਉਂਕਿ ਦੋ ਵਾਰੀ ਹੋ ਚੁੱਕਿਆ ਤੀਜੀ ਵਾਰੀ ਹੈ ਮੈਂ ਫਿਰ ਸੰਗਤ ਕੋਲੋਂ ਜਵਾਬ ਲੈਣਾ ਕਿਉਂਕਿ ਸੰਗਤ ਮੈਨੂੰ ਲਿਖਦੀ ਹੈ ਆਨਲਾਈਨ ਲਿਖਦੀ ਹੈ ਮੇਰੇ ਗਰੁੱਪਸ ਦੇ ਵਿੱਚ ਲਿਖਦੀ ਹੈ ਮੈਨੂੰ ਵਟਸਐਪ ਕੀਤੇ ਜਾਂਦੇ ਨੇ ਬਕਾਇਦਾ ਤੌਰ ਦੇ ਉੱਤੇ ਕਿ ਤੁਸੀਂ ਜਵਾਬ ਦਿਓ ਬਾਬਾ ਜੀ ਤੁਸੀਂ ਜਵਾਬ ਦਿਓ ਤੁਹਾਡਾ ਬਾਬਾ ਤੁਹਾਡੇ ਸਾਹਮਣੇ ਵਿੱਚ ਜਿਸ ਵੇਲੇ ਕਹੋਗੇ ਨਤਾਰਾ ਕਰ ਦੇਾਂਗੇ ਠੀਕ ਹੈ ਜਿੱਥੇ ਜ਼ਿਆਤੀ ਹੋਏਗੀ ਕਿਸੇ ਨਾਲ ਜ਼ਿਆਤੀ ਹੋਏਗੀ ਮੈਂ ਬੋਲਾਂਗਾ ਜਿੱਥੇ ਹਿਸਟੋਰੀਕਲ ਪਲੇਸ ਨੂੰ ਡਿਸਟਰੋਏ ਕੀਤਾ ਜਾਏਗਾ ਮੈਂ ਉੱਥੇ ਬੋਲਾਂਗਾ ਉਹ ਸਾਡੇ ਪਾਕਿਸਤਾਨ ਦੇ ਵਿੱਚ ਔਰ ਸਾਡਾ ਮਜ਼ਬੂ ਇਸਲਾਮ ਸਾਨੂੰ ਦੋਵੇਂ ਚੀ ਨਾ ਕਿ ਸਾਨੂੰ ਝੂਠ ਸिखਾਇਆ ਜਾਂਦਾ ਜਿਸ ਤਰ੍ਹਾਂ ਕਿ ਇਹ ਦਿੱਲੀ ਦੇ ਵਿੱਚ ਬੈਠ ਕੇ ਬੰਦਾ ਸ਼ਤਾਨੀ ਕਰ ਰਿਹਾ ਔਰ ਸਾਰੇ ਲੋਗ ਉਹਨੂੰ ਦੇਖ ਰਹੇ ਨੇ ਸਾਰੇ ਲੋਗ ਉਹਦੀ ਗੱਲ ਸੁਣੀ ਜਾ ਰਹੇ ਨੇ ਕੋਈ ਬੰਦਾ ਉਹਨੂੰ ਮੰਨਣ ਮਨਾ ਕਰਨ ਵਾਲਾ ਨਹੀਂ ਹੈ ਇਹ ਸਾਰੀ ਦੀ ਸਾਰੀ ਸ਼ਤਾਨੀ ਕਰਸਤਾਨੀ ਇੱਕ ਬੰਦੇ ਦੀ ਹੈ ਅਗਰ ਇਧਰੋਂ ਇੱਕ ਬੰਦੇ ਨੇ ਗਲਤੀ ਕੀਤੀ ਹੈ ਮੈਂ ਨਹੀਂ ਕਹਿ ਰਿਹਾ ਉਹਨੇ ਗਲਤੀ ਨਹੀਂ ਕੀਤੀ ਉਹਨਾਂ ਨੂੰ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਕਿਸੇ ਦੇ ਮੁਤਲਕ ਵੀ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਸਿੱਖ ਹੈ ਚਾਹੇ ਕੋਈ ਇਸਾਈ ਹੈ ਕੋਈ ਜੈਨ ਹੈ ਬੁੱਧਿਸਤ ਪਾਕਿਸਤਾਨ ਦੇ ਵਿੱਚ ਰਹਿੰਦਾ ਹੈ ਪਾਕਿਸਤਾਨ ਉਹਦੀ ਸਰਜ਼ਮੀਨ ਹੈ ਪਾਕਿਸਤਾਨ ਵਿੱਚ ਰਹਿਣਾ ਉਹਦਾ ਹੱਕ ਹੈ ਪਾਕਿਸਤਾਨ ਦੀ ਮਿੱਟੀ ਨਾਲ ਪਿਆਰ ਕਰਨਾ ਵੀ ਉਹਦਾ ਹੱਕ ਹੈ ਔਰ ਉਹਦਾ ਰਾਈਟ ਹੈ ਕਿ ਆਪਣੀ ਉਹ ਜਿੰਨੀ ਵੀ ਉਹਦੀ ਵਰਸ਼ਿਪ ਦੀ ਪਲੇਸ ਹੈ ਜਾਂ ਉਹਦੀ ਇਬਾਦਤ ਦੀ ਜਗ੍ਹਾ ਹੈ ਜਾਂ ਉਹਦੀ ਦੀਵਾਨ ਨਹੀਂ ਥਾਏ ਤੇ ਉਹ ਸਾਡੇ ਲਈ ਬਹੁਤ ਜ਼ਿਆਦਾ ਰਿਸਪੈਕਟਡ ਹੈ ਔਰ ਅਸੀਂ ਆਪਣੀ ਮਿਨੋਰਟੀਜ਼ ਦੀ ਕੇਅਰ ਕਰਨਾ ਬਹੁਤ ਅੱਛੇ ਤਰੀਕੇ ਨਾਲ ਜਾਣਨੇ ਆ ਮਨਜਿੰਦਰ ਜੀ ਤੁਸੀਂ ਆਪਣੇ ਜਿਹੜੇ ਸਿੱਖਾਂ ਨਾਲ ਹੋਏ ਰਾਇਟਸ ਨੇ ਉਹਨਾਂ ਦਾ ਜਵਾਬ ਮੰਗੋ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਜਵਾਬ ਮੰਗੋ ਔਰ ਦਿੱਲੀ ਦੇ ਵਿੱਚ ਜਿਹੜੀਆਂ ਹੋਈਆਂ ਧੀਆਂ ਪੈਣਾ ਦੀ ਬੇਆਬਰੂ ਹੋਈਆਂ ਜਿਹੜੀਆਂ ਉਹਨਾਂ ਦੇ ਨਾਲ ਜੋ ਕੁਝ ਕੀਤਾ ਗਿਆ ਉਹ ਪੂਰੀ ਦੁਨੀਆ ਨੂੰ ਪਤਾ ਤੁਹਾਨੂੰ ਨਹੀਂ ਪਤਾ ਅਗਰ ਤੁਹਾਡੀ ਗੈਰਤ ਨਹੀਂ ਅਗਰ ਜਾਗਦੀ ਤੇ ਕਿਸੇ ਹੋਰ ਨੂੰ ਕਹਿ ਦਿਓ ਉਹ ਪੁੱਛ ਲਵੇ ਕਿਉਂਕਿ ਤੁਸੀਂ ਤਾਂ ਪੁੱਛ ਨਹੀਂ ਸਕਦੇ ਤੁਹਾਡੇ ਕੋਲ ਪਾਵਰ ਨਹੀਂ ਹੈਗੀ ਤੁਸੀਂ ਕਿਸੇ ਨੂੰ ਖੁਸ਼ ਕਰਨ ਦੀ ਖਾਤਰ ਲੱਗੇ ਹੋਏ ਹੋ ਲੇਕਿਨ ਤੋ ਤਿੰਨ ਕ ਮਹੀਨੇ ਲੰਘਦੇ ਆ ਉਹ ਤੁਹਾਡੇ ਤੋਂ ਨਰਾਜ਼ ਹੋ ਜਾਂਦੇ ਆ ਤੁਸੀਂ ਫਿਰ ਉਹ ਜਿਹੜਾ ਆਪਣਾ ਕੈਮਰੇ ਦਾ ਮੂੰਹ ਹੈ ਪਾਕਿਸਤਾਨ ਵੱਲ ਘੁਮਾਉਂਦੇ ਹੋ ਔਰ ਤੁਸੀਂ ਬੋਲਣਾ ਸ਼ੁਰੂ ਕਰ ਦਿੰਦੇ ਹੋ ਕਿ ਪਾਕਿਸਤਾਨ ਨੇ ਆ ਕਰ ਦਿੱਤਾ ਪਾਕਿਸਤਾਨ ਨੇ ਉਹ ਕਰ ਦਿੱਤਾ ਪਾਕਿਸਤਾਨ ਨੇ ਪਾਕਿਸਤਾਨ ਨੇ ਕੀ ਕੀਤਾ ਪਾਕਿਸਤਾਨ ਨੇ ਤਾਰੀਖੀ ਚਾਰ ਤਿੰਨ ਗੁਰਦੁਆਰੇ ਪਿਛਲੇ ਸਾਲ ਖੋਲੇ ਤਾਰੀਖੀ ਗੁਰਦੁਆਰੇ ਦੋ ਇਸ ਸਾਲ ਖੋਲੇ ਤਿੰਨ ਮੰਦਰ ਖੋਲੇ ਪਾਕਿਸਤਾਨ ਨੇ ਆ ਕੀਤਾ ਕੁੱਲ ਮਿਲਾ ਕੇ 10 ਤੋਂ 12 ਗੁਰਦੁਆਰੇ ਔਰ ਮੰਦਰ ਖੋਲ ਦਿੱਤੇ ਤੁਹਾਨੂੰ ਸਿਰਫ ਇਹ ਤਕਲੀਫ ਹੈ ਕਿ ਪਾਕਿਸਤਾਨ ਪੀਸਵਲ ਜਾ ਰਿਹਾ ਹੈ ਪਾਕਿਸਤਾਨ ਮੁਹੱਬਤਵਲ ਜਾ ਰਿਹਾ ਹੈ ਪਾਕਿਸਤਾਨ ਇੰਟਰਫੇਥ ਹਾਰਮਨੀਵਲ ਜਾ ਰਿਹਾ ਹੈ ਜੋ ਕਿ ਤੁਹਾਨੂੰ ਪਚ ਨਹੀਂ ਰਹੀ ਜੋ ਕਿ ਤੁਹਾਨੂੰ ਹਜ਼ਮ ਨਹੀਂ ਹੋ ਰਹੀ ਗੁਰੂ ਪਿਆਰੀ ਸੰਗਤ ਜੀ ਮਾਫ ਕਰਨਾ ਮੇਰੇ ਵਰਡਸ ਸ਼ਾਇਦ ਕੁਝ ਥੋੜੇ ਜਨੇ ਤੁਹਾਨੂੰ ਸਖਤ ਲੱਗੇ ਹੋਣਗੇ ਲੇਕਿਨ ਇਹਨਾਂ ਦੀਆਂ ਸ਼ਰਾਰਤਾਂ ਖਤਮ ਨਹੀਂ ਹੁੰਦੀਆਂ ਫਿਰ ਮੈਂ ਕੀ ਕਰਾਂ ਫਿਰ ਜਦੋਂ ਮੇਰੇ ਕੋਲ ਸਵਾਲ ਦਾ ਜਵਾਬ ਪੁੱਛਿਆ ਜਾਂਦਾ ਮੈਂ ਤੇ ਫਿਰ ਦਵਾਂਗਾ ਮੈਂ ਤੇ ਫਿਰ ਪੂਰੀ ਦੱਸਾਂਗਾ ਕਿ ਕੌਣ ਕੌਣ ਕਿੱਥੇ ਕਿੱਥੇ ਕਿਸ ਤਰੀਕੇ ਨਾਲ ਸ਼ਰਾਰਤ ਕਰ ਰਿਹਾ ਹੈ ਤੇ ਫਿਲਕਾ ਤੇ ਹੀ ਹੈ ਜਿਹੜਾ ਚੰਗਾ ਕੰਮ ਕੀਤਾ ਜਾ ਰਿਹਾ ਉਹਨੂੰ ਚੰਗਾ ਗਿਣਨਾ ਚਾਹੀਦਾ ਹੈ ਪਾਕਿਸਤਾਨ ਬਹੁਤ ਅੱਛੇ ਰਸਤੇ ਤੇ ਚੱਲਿਆ ਹੈ ਇੰਟਰਫੇਸ ਹਾਰਮਨੀ ਦੇ ਉੱਤੇ ਪਿਆਰ ਦੇ ਉੱਤੇ ਮੁਹੱਬਤ ਦੇ ਨਾਲ ਸਾਡੇ ਪਿੱਛੇ ਹੀ ਹਲੇ 22 ਲੋਕ ਸ਼ਹੀਦ ਹੋਏ ਨੇ ਅਸੀਂ ਤਾਂ ਉਸ ਦੁੱਖ ਚ ਹਲੇ ਤੱਕ ਨਹੀਂ ਨਿਕਲੇ ਠੀਕ ਹੈ ਅਸੀਂ ਕਿਸੇ ਨੂੰ ਕੀ ਕਹਿਣਾ ਤੇ ਆਪ ਦੀ ਲੜਾਈ ਜਿਹੜੀ ਹੈ ਚਾਈਨਾ ਵਾਲੀ ਜਾਂ ਨੇਪਾਲ ਵਾਲੀ ਉਹ ਆਪ ਦੇਖ ਕੇ ਰੱਖੋ ਆਪਣੇ ਕੈਮਰੇ ਉਧਰ ਹੀ ਰੱਖੋ ਜਿੱਥੇ ਤੁਹਾਡਾ ਚੱਲ ਰਿਹਾ ਸਾਰਾ ਕੁਝ ਉਨਾ ਕੈਂਬਰੀਆਂ ਦੀ ਡਾਇਵਰਟ ਨਾ ਕਰੋ ਇੱਧਰ ਨੂੰ ਡਾਇਵਰਟ ਕਰਨੇ ਤੇ ਹੋਰ ਤੁਹਾਡੇ ਬਹੁਤ ਵੱਡਾ ਹੈ ਹਿੰਦੁਸਤਾਨ ਪਾਕਿਸਤਾਨ ਤੋਂ 6 8 ਗੁਣਾ ਵੱਡਾ ਹੈ ਉੱਥੇ ਕੋਈ ਨਵਾਂ ਇਸ਼ੂ ਬਣਾ ਲਓ ਉਹਦੇ ਤੇ ਗੱਲ ਕਰੋ ਹਰ ਵੇਲੇ ਪਾਕਿਸਤਾਨ ਦੇ ਮੁਤਲਕ ਨਾ ਸੋਚਿਆ ਕਰੋ ਆਪ ਦੇ ਘਰ ਦੇਖ ਲਓ ਵੋ ਠੀਕ ਹੈ ਲੋਕਾਂ ਦਾ ਕੀ ਹਾਲ ਹੈ ਉਹ ਦਿਖਾਇਆ ਕਰੋ ਟੀਵੀ ਦੇ ਉੱਤੇ ਚੈਨਲਾਂ ਦੇ ਉੱਤੇ ਬਾਕੀ ਚੀਜ਼ਾਂ ਨੂੰ ਛੱਡ ਦਿਵੋ ਬਹੁਤ ਹੋ ਗਿਆ ਰੱਬ ਰੱਖਾ ਇੰਨਾ ਹੀ ਪੈਗਾਮ ਸੀਗਾ ਜੀ ਮੇਰਾ